अंडे अंडे भी जरूरी ने, एग अंडा जरूरी है, प्रोटीन ज्यादा होता है। शरने मना करते कुड़ी दो दिन दो मैं भी अपने पहले भी अपने पास पड़ता की सलाद पर मैं भी अपने कहना भी कुड़ी दो दिन कल दे दो परसों बन जाएंगे जिस मुझे पक्का सकनी पैना ठीक है फाइनल सही है बस फिर ਸ਼ਰਨਾ ਨਾਲ ਗਿਆ ਉਹ ਨਾਲ ਹੀ ਮਰੂ ਨਾਲ ਹੀ ਸਹੀ ਹੈ ਮੈਂ ਲਾ ਹੈ ਸੰਦੀਪ ਨਾਲ ਫੁੱਲ ਨਹੀਂ ਸ਼ਰਨੇ ਜਿਹਨੇ ਸੰਦੀਪ ਨਾਲ ਸ਼ਰਨੇ ਉਹ ਜਾਨ ਕੇ ਆਉਣੀ ਜਾਣੀ ਜਾਦੇ ਆ ਵੀ ਉਹ ਮੇਰੇ ਸੰਦੀਪ ਨੇ ਉਹ ਤੋਂ ਪਹਿਲਾਂ ਦੀ ਆ ਹਾਂ ਆਰਸ਼ੀ ਨੇ ਵੀ ਉਹ ਤੋਂ ਪਹਿਲਾਂ ਦੀ ਆ ਆਰਸ਼ੀ ਬਲੂਰ ਹਾਂ ਜੀਮਨ ਮਾਨੂ ਪੇ ਥੋੜੀ ਟੀਮ ਵੀ ਇੱਕੀ ਸੀ ਨਾ ਫਿਰ ਹਾਂ ਟੀਮ ਵੀ ਗੱਲ ਪਹਿਲਾਂ ਤਾਂ ਤੁਹਾਡੀ ਟੀਮ ਇੱਕੀ ਸੀ ਹੁਣ ਮੱਲਾ ਸ਼ਰਨਾ ਤੇ ਆਰਸ਼ੀ ਪੱਤੋ ਸੀ पत्तो टीम टूट गई मुड़ के शाहगढ़ चला गया पत्तो जी इधर फिर जो बाड़े चीज मजा रखे सांभ संभाल कौन कर सोडा ले आंदा पठे डैडी पा लैंदा जो ये नहीं करे होने फिर मैं अरे हुन मैं पा लैंदा पर कर लैंदा हां काम सारा कर लेगी हां सारा नाल खेती बड़ी दा करा दीदा हां भाई मेनू नहीं कहंदे नहीं ये पर आप ही मैं करा देना हुन वेलो हम करा दीदा कहंदे नहीं कहंदे क्यों नहीं भी तू कबड्डी खेलदा करके अच्छा चल ऐ तां यार फिर वधिया भी यार फादर साहब नाल कर दंदे ते छोटा छोटा ब्रदर फादर साहब तां फार्मिंग कीता होया खेतों दा अच्छा ਉਹ ਦੋਸਤ ਕਿਹੜਾ ਸੀਗਾ ਜਿਹਦੇ ਤੁਸੀਂ ਨਾਲ ਵੀ ਆ ਜਦੋਂ ਗੋਡੇ ਤੇ ਸੱਟ ਲੱਗੀ ਉਦੋਂ ਹੈਲਪ ਉਹ ਆਪਣੇ ਚਾਚੇ ਦਾ ਮੁੰਡਾ ਹੈ ਅੱਛਾ ਚਾਚੇ ਦਾ ਮੁੰਡਾ ਹੈ ਠੀਕ ਹੈ ਕੀ ਨਾਮ ਰਵੀ ਰਵੀ ਹਾਂ ਫਿਰ ਮੱਲਾ ਸੋਡਾ ਹੋਈ ਸੋਡਾ ਵੀ ਹੁੰਦਾ ਹੀ ਉਹਨਾਂ ਹੀ ਸੋਡਾ ਸੀ ਉਹ ਸੋਡਾ ਆਪਣਾ ਖੇਤ ਬੰਨੇ ਚਲਾ ਜਾਂਦਾ ਸੀ ਕਿਤੇ ਮੈਂ ਮੱਲਾ ਕਿਤੇ ਉਹਨੂੰ ਜਾਣਾ ਵੀ ਪੈਂਦਾ ਸੀ ਬਾਹਰ ਅੰਦਰ ਹੁਣ ਉਹ ਨਿੱਕਾ ਸੀਗਾ ਇਹ ਰਵੀ ਇਹ ਘਰੇ ਹੀ ਹੁੰਦਾ ਸੀ ਯਾਨੀ ਕਿ ਤਕਰੀਬਨ ਮੇਰੇ ਕੋਲ ਹੀ ਹੁੰਦਾ ਜਦੋਂ ਮੇਰੇ ਸੱਟ ਲੱਗਣੀ ਜਿਆਦਾ ਮੇਰੇ ਕੋਲ ਉਦੋਂ ਹੀ ਹੁੰਦਾ ਸੀ ਸੱਟਾਂ ਕਿਹੜੀਆਂ ਕਿਹੜੀਆਂ ਲੱਗੀਆਂ ਹੁਣ ਤੱਕ ਸੋਨੇ ਦੇ ਮੈਂ ਦੋ ਆਪਰੇਸ਼ਨ ਹੋਏ ਗੋਡਿਆਂ ਦੇ ਕੀ ਹੋਇਆ ਕੀ ਸੀ ਲਿਗਾਮੈਂਟ ਟੁੱਟਿਆ ਸੀ ਦੋਨਾਂ ਦੇ ਲਿਗਾਮੈਂਟ ਟੁੱਟ ਦੋਨਾਂ ਦੇ ਇਹਦਾ ACL ਸੀ ਇਧਰਲੇ ਦਾ ਇਧਰਲੇ ਦਾ ਸੀਗਾ PCL ਅੱਛਾ ਤੇ ਇੱਕ ਮੇਰਾ ਹੋਇਆ ਗੁੱਟ ਦਾ ਆਪਰੇਸ਼ਨ ਇਹ ਕਿਹੜਾ ਹੱਟ ਲੱਗੀ ਸੀ ਇਹ ਗੁੱਟ ਦਾ ਇਸੇ ਕਰਕੇ ਪੱਟੀ ਲੱਗੀ ਹੋਈ ਆ ਨਹੀਂ ਇਹ ਹੁਣ ਲੱਗੀ ਹੋਈ ਹੈ ਗੁੱਟੇ ਥੋੜੀ ਜਿਹੀ ਲੱਗੀ ਸੀਗੀ ਅੱਛਾ ਇਹ ਤਾਂ ਗੁੱਟ ਦਾ ਹੁਣ ਸਹੀ ਆ ਖੇਡਦੇ ਪ੍ਰੈਕਟਿਸ ਕਰਦੇ ਨੇ ਲੱਗੀ ਆ ਨਹੀਂ ਉੱਥੇ ਬੁੱਟਰੀ ਮੈਚ ਸੀਗੇ ਬੁੱਟਰੀ ਥੋੜੇ ਵੱਜ ਗਿਆ ਸੀ 100 ਮੈਚ ਸੀ 14 ਤਰੀਕ ਨੂੰ ਉੱਥੇ ਲੱਗੀ ਹੁਣ ਤਾਂ ਸਹੀ ਉਦਾਂ ਸਹੀ ਆ ਕੋਈ ਚੱਕਰ ਨਹੀਂ ਉਦੋਂ ਪਟਿਆਲੇ ਡਾਟਰ ਦੇ ਗਏ ਸੀਗੇ ਉਹਨੇ ਮੰਨੀ ਪੱਟੀ ਹੈ ਜੇ ਜਦੋਂ ਸੋਨੇ ਗੋਡੇ ਤੇ ਸੱਟ ਲੱਗੀ ਉਦੋਂ ਫਿਰ ਕਿੰਨਾ ਟਾਈਮ ਬੈਠਣਾ ਪਿਆ ਕਿਉਂਕਿ ਬਹੁਤ ਜਦੋਂ ਸੋਨਾ ਕਬੱਡੀ ਖੇਡਦਾ ਉਦੋਂ ਵਧੀਆ ਖੇਡਦਾ ਤੇ ਜਦੋਂ ਸੋਨੇ ਦੇ ਸੱਟ ਲੱਗੇ ਫਿਰ ਬੜਾ ਟਾਈਮ ਬੈਠਣਾ ਵੀ ਪਿਆ ਕਿਵੇਂ ਕਿੰਨਾ ਟਾਈਮ ਬੈਠਿਆ ਹੁਣ ਮੰਨ ਲਓ ਜੀ ਮੈਂ ਜਦੋਂ ਜੀ ਨਹੀਂ PCL ਦਾ ਜੀ ਨਾ ਕਹਿ ਮੈਨੂੰ ਤੂੰ ਜੀ ਨਹੀਂ ਜੀ ਨਹੀਂ ਕਹਿਣਾ ਬਾਈ ਕਹਿ ਲਾ ਵੱਧ ਤੋਂ ਵੱਧ ਜਦੋਂ PCL ਦਾ ਪ੍ਰੈਸ਼ਰ ਕਰਾਇਆ ਮੈਂ ACL ਦਾ ਕਰਾਇਆ ਪਹਿਲਾਂ ਜਦੋਂ ਮਨ ਨੂੰ ਸੱਟ ਲੱਗੀ ਆ ਜਦੋਂ ਮੈਨੂੰ ਗੱਡੀ ਮਿਲੀ ਉਹਦੇ ਮਨ ਨੂੰ ਸੱਟ ਲੱਗੀ ਮੇਰੇ ਹਾਂ
ਉਦੋਂ ਮਤਲਬ ਮੈਂ 7 ਮਹੀਨੇ ਬਾਅਦ ਖੇਡਣ ਲੱਗ ਗਿਆ, 7.5 ਮਹੀਨੇ 8 ਮਹੀਨੇ ਬਾਅਦ, 7.5 ਮਹੀਨੇ ਬਾਅਦ ਜਿਹੜਾ ਪੀ ਸੀ ਐਲ ਦਾ ਆਪਰੇਸ਼ਨ ਹੋਇਆ ਇਹ ਥੋੜ੍ਹਾ ਔਖਾ, ਇਹਨੇ ਮੈਨੂੰ 10 ਮਹੀਨੇ 11 ਮਹੀਨੇ ਲੱਗ ਗਏ। ਇਹ ਜਾਣ ਕੇ ਜ਼ਿਆਦਾ ਰਿਕਵਰੀ ਭਾਲਦਾ ਪੀ ਸੀ ਐਲ। ਡਾਕਟਰ ਕੀ ਕਹਿੰਦੇ ਨੇ ਵੀ ਕਿੰਨਾ ਟਾਈਮ ਮਤਲਬ ਨਹੀਂ ਖੇਡਣਾ ਨਹੀਂ ਹੈਗਾ? ਡਾਕਟਰ ਨੇ ਮੈਨੂੰ 7 ਮਹੀਨੇ ਕਿਹਾ ਜਦੋਂ ਮੈਂ ਚੰਡੀਗੜ੍ਹ ਆਪਰੇਸ਼ਨ ਕਰਾਇਆ ਪੀ ਸੀ ਐਲ ਦਾ, ਏ ਸੀ ਐਲ ਦਾ, ਅਤੇ ਜਦੋਂ ਹੁਣ ਬੰਬੇ ਆਪਰੇਸ਼ਨ ਕਰਾਇਆ ਉਹਨੇ ਮੈਨੂੰ, ਹਾਂ ਇਹ ਬੰਬੇ ਕਰਾਇਆ, ਉਦੋਂ ਮੈਨੂੰ ਇਹਨੇ ਕਿਹਾ 10 ਮਹੀਨੇ, ਕਿਹਾ ਵੀ ਪ੍ਰੋਪਰ ਸਾਰ ਹੀ ਲੈ ਜੂਗਾ ਸਹੀ ਪ੍ਰੋਪਰ ਰੈਡੀ ਹੋਣ 'ਤੇ, 10 ਮਹੀਨੇ ਤੂੰ ਖੇਡਣ ਲੱਗ ਜੀ। ਚੰਡੀਗੜ੍ਹ ਕਰਾਉਂਦੇ ਆ ਰਵੀ ਗੁਪਤ ਬਠਿੰਡੇ ਕਰਾਇਆ ਬਠਿੰਡੇ ਆਪਣੇ ਬੰਬੇ ਕਰਾਇਆ ਚੰਡੀਗੜ੍ਹ ਹੁਣ ਮੈਂ ਬੰਬੇ ਕਰਾਇਆ ਸਾਰੇ ਪਲੇਅਰ ਆਪਣੇ ਬੰਬੇ ਕਰਾਇਆ ਪੀ ਸੀ ਐਲ ਦਾ ਆਪਰੇਸ਼ਨ। ਮਤਲਬ ਸੰਦੀਪ ਦੇ ਵੀ ਸੱਟ ਲੱਗੀ ਹੈ ਨਾ ਇੱਕ ਵਿੱਚ ਦੀ?
ਆਪਰੇਸ਼ਨ ਹੋਇਆ ਸੰਦੀਪ ਦੋਦੇ ਦਾ ਹੈ ਨਾ ਉਹ ਆਪਰੇਸ਼ਨ ਹੋਇਆ ਪੀਸੀਐਲ ਉਹ ਚੰਡੀਗੜ੍ਹ ਕਰਾਇਆ ਸੀ ਓਕੇ ਹਾਂ ਘੋੜੇ ਇਹਨੇ ਕਰਾਇਆ ਪਹਿਲਾਂ ਬੰਬੇ ਆਪਰੇਸ਼ਨ ਘੋੜੇ ਦੇ ਵੀ ਤਿੰਨ ਆਪਰੇਸ਼ਨ ਹੋਏ ਵਿਚਾਰੇ ਘਰਾਲੀਆਂ ਸੱਟਾਂ ਲੱਗਦੀਆਂ ਹੈ ਨਾ ਸੱਟਾਂ ਤਾਂ ਲੱਗਦੀਆਂ ਰਹਿੰਦੀਆਂ ਯਾਰ ਇਹਨਾਂ ਦਾ ਕੋਈ ਹੱਲ ਵੀ ਨਹੀਂ ਹੈਗਾ ਅੱਛਾ ਜਦੋਂ ਮਤਲਬ ਸੱਟ ਲੱਗ ਗਈ ਉਦੋਂ ਕਿੰਨਾ ਟਾਈਮ ਬੈਠੇ ਰਹੇ ਜਿਹੜਾ ਜਿੰਨਾ ਟਾਈਮ ਬੈਠੇ ਰਹੇ ਉਨਾ ਟਾਈਮ ਕਿਸੇ ਨੇ ਹੈਲਪ ਕੀਤੀ ਕੋਈ ਬਾਲੀ ਨਹੀਂ ਹੈਲਪ ਨਹੀਂ ਕੀਤੀ ਬਾਲੀ ਬਸ ਯਾਰ ਦੋਸਤ ਹੁੰਦੇ ਸੀਗੇ ਦੋ ਚਾਰ ਜਿਹੜੇ ਜ਼ਿਆਦਾ ਗਰੀਬ ਆ ਬਸ ਉਹੀ ਆਉਂਦੇ ਰਹੇ ਉਹੀ ਹਾਲ ਚਾਲ ਬਹੁਤ ਰਹੇ ਆ ਉਹੀ ਤਕੜਾ ਕਰਨ ਵਾਲੇ ਆ ਦੁਬਾਰਾ ਦੁਬਾਰਾ ਮੋੜ ਕੇ ਲੈ ਕੇ ਆਉਣ ਵਾਲੇ ਹਨਾ ਸਹੀ ਗੱਲ ਆ ਹੁਣ ਜਦੋਂ ਮੇਰੇ ਪਿਛਲੇ ਹੁਣ ਸੱਟ ਲੱਗੀ ਹੁਣ ਖੇਡਣ ਲੱਗਿਆ ਹੁਣ ਸੰਦੀਪ ਨੇ ਮੈਨੂੰ ਗੱਲ ਬਾਤ ਹੁੰਦੀ ਰਹੀ ਹੈ ਖੇਡਣ ਬਾਰੇ ਖੇਡਣਾ ਆਪਾਂ ਉਹ ਮੈਨੂੰ ਕਹਿੰਦੇ ਜਦੋਂ ਮੈਨੂੰ ਮਰਜ਼ੀ ਫੋਨ ਕਰੀ ਵੀ ਆਪਾਂ ਤੇਰੇ ਲਈ ਖੜੇ ਹਾਂ ਠੀਕ ਆ ਸੰਦੀਪ ਹਾਂ ਹਾਂ ਸੰਦੀਪ ਉੱਦਾਂ ਵੀ ਆਪਾਂ ਤੈਨੂੰ ਸੈੱਟ ਕਰਾਂਗੇ ਤੇਰੀ ਮਰਜ਼ੀ ਕਰੀਏ ਉਦੋਂ ਬਾਅਦ ਤੇਰੀ ਤੂੰ ਆਪਦੀ ਮਰਜ਼ੀ ਨਾਲ ਅਸੀਂ ਆਪਦੀ ਮਰਜ਼ੀ ਨਾਲ ਖੇਡਾਂ ਵੀ ਕਿਰਿਆ ਤੈਨੂੰ ਸਹੀ ਕਰਨਾ ਇਹਦੇ ਵਾਸਤੇ ਜਦੋਂ ਜਦੋਂ ਸੱਟ ਲੱਗ ਗਈ ਉਦੋਂ ਬਾਅਦ ਗੇਮ ਨੂੰ ਖੇਡਣ ਦੇ ਵਿੱਚ ਵੀ ਫਰਕ ਤਾਂ ਨਹੀਂ ਪੈਂਦਾ ਵਾ ਜੱਕ ਜੀ ਰਹਿੰਦੀ ਹੈਗੀ ਉਦੋਂ ਬਾਅਦ ਨੀ ਜਦੋਂ ਜੱਕ ਖੋਲ ਜਾਂਦੀ ਹੌਲੀ 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 ਵੀ ਟਾਈਮ ਲੱਗਿਆ ਆਪਦਾ ਜਿਵੇਂ ਜਿੱਦਾਂ ਡਾਕਟਰ ਨੇ ਸਾਲ ਕਿਹਾ ਵੀ ਸਾਲ ਬਾਅਦ ਸਹੀ ਹੋ ਜਾਣਾ ਉਹ ਸਾਲ ਬਾਅਦ ਉਹ ਤੇ ਪ੍ਰੋਪਰ ਹੋ ਗਿਆ ਫਿਰ ਸਹੀ ਹੋਇਆ ਹਾਂ ਸਹੀ ਹੈ ਟੀਮ ਜਿਹੜੀ ਟੀਮ 'ਚ ਤੁਸੀਂ ਖੇਡਦੇ ਹੋ ਜਿਵੇਂ ਪਹਿਲਾਂ ਤਾਂ ਉਹਦੇ 'ਚ ਖੇਡੀ ਗਏ ਘੱਲ ਕਲਾਂ 'ਚ ਅਤੇ ਹੁਣ ਵੀ ਘੱਲ ਕਲਾਂ 'ਚ ਜਾਂ ਹੁਣ ਨਹੀਂ ਹੁਣ ਘੱਲ ਕਲਾਂ 'ਚ ਨਹੀਂ ਹੁਣ ਅਜੇ ਕੋਈ ਪਤਾ ਨਹੀਂ ਹੋਈ ਉਦੋਂ ਖੇਡਿਆ ਨਹੀਂ ਗੈਪ ਹੀ ਆ ਗੈਪ ਰਿਹਾ ਉਦੋਂ ਬਾਅਦ ਕਰੋਨਾ ਕਰਕੇ ਮੈਚ ਨਹੀਂ ਹੋਏ ਕੱਪਾਂ ਦੇ ਅਤੇ ਇੱਕ ਸਾਲ ਮੈਂ ਘੱਲਾਂ ਨਾਲ ਥੋੜ੍ਹੇ ਖੇਡਿਆ ਨਹੀਂ ਗਾ ਫਿਰ ਮੈਂ ਸਾਹ ਕੋਰਸ ਖੇਡਣਾ ਸੀ ਅਤੇ ਉਹਨਾਂ ਨੇ ਫਿਰ ਘੱਲਾਂ ਨੇ ਮੈਨੂੰ ਖੇਡਣ ਦਿੱਤਾ ਕਹਿੰਦੇ ਸੈਨ ਆ ਕੋਈ ਸੀਗੀ ਕੋਈ ਅੰਡਰਸਟੈਂਡਿੰਗ ਸੋ ਹੁੰਦਾ ਉਹ ਫੈਡਰੇਸ਼ਨ ਦੇ ਲੈਵਲ ਤੇ ਟੀਮ ਦੇ ਲੈਵਲ ਤੇ ਵੀ ਨਹੀਂ ਹਜੇ ਨਹੀਂ ਖੇਡਣ ਦੇਣਾ ਸੀ ਹਾਂ ਸੋ ਨੇ ਕਿਹੜੇ ਕਿਹੜੇ ਟੂਰਨਾਮੈਂਟਾਂ ਦੇ ਖੇਡ ਕੇ ਜ਼ਿਆਦਾ ਸਵਾਦ ਆਇਆ ਹੁਣ ਤੱਕ ਤੁਹਾਨੂੰ ਵੀ ਆ ਯਾਰ ਉੱਥੇ ਖੇਡ ਕੇ ਬੜਾ ਵਧੀਆ ਲੱਗਦਾ ਸੋ ਜਿੱਥੇ ਵਧੀਆ ਪ੍ਰਦਰਸ਼ਨ ਹੋਇਆ ਹੋਵੇ ਕੋਈ ਮੈਚ ਵਧੀਆ ਪ੍ਰਦਰਸ਼ਨ ਤਾਂ ਸਾਰੇ ਤਕਰੀਬਨ ਵਧੀਆ ਹੀ ਸੀਗਾ ਮੈਂ ਸਾਰੇ ਵਧੀਆ ਟੂਰਨਾਮੈਂਟ ਵਧੀਆ ਹੁੰਦੇ ਆ ਜ਼ਿਆਦਾ ਮੇਲਾ ਹੁੰਦਾ ਸਾਨੂੰ ਮਾੜੀ ਦਾ ਹਾਂ ਇਹ ਜਿੱਤੇ ਵੀ ਚਾਰ ਪੰਜ ਸਾਲ ਆਪਾਂ ਮਾੜੀ ਮੁਸਤਫਾ ਹਾਂ ਮਾੜੀ ਮੁਸਤਫਾ ਐਤਕ ਵੀ ਖੇਡੇ ਦੁੱਧ ਜਾਂ ਐਤਕ ਵੀ ਜਿੱਤੇ ਆ ਵੀ ਜ਼ਿਆਦਾ ਮਾੜੀ ਦਾ ਹੀ ਹੁੰਦਾ ਸੀ ਆਪਾਂ ਨੂੰ ਹੋਰ ਮੇਲੇ ਵੀ ਆਪਣੇ ਬਹੁਤ ਹੁੰਦੇ ਨੇੜੇ ਪਰ ਜ਼ਿਆਦਾ ਮਾੜੀ ਦਾ ਹੁੰਦਾ ਸੀ ਮਾੜੀ ਦਾ ਮੇਲਾ ਮਸ਼ਹੂਰ ਵੀ ਜ਼ਿਆਦਾ ਸੀਗਾ ਨਾ ਇਹ ਹਾਂ ਮਸ਼ਹੂਰ ਪਿੰਡ ਵਾਰ ਮੈਚ ਖੇਡਣੇ ਵਧੀਆ ਲੱਗਦੇ ਦੂਜੇ ਅਕੈਡਮੀ ਅਕੈਡਮੀ ਦਾ ਵਧੀਆ ਲੱਗਦਾ ਲੰਬੇ ਮੈਚ ਲੰਬੇ ਮੈਚ ਬਾਕੀ ਟਾਈਮ ਲੈਣੇ ਪੜ ਜਾਂਦੇ ਆ ਬਾਕੀ ਟਾਈਮ ਲੈਣੇ ਪੜਦੇ ਆ ਬਈ ਮੈਚ ਤੱਕ ਮੰਨਦਾ ਸੀ ਵੀ ਅਕੈਡਮੀ ਵਾਲੇ ਮੈਚ ਜ਼ੋਰ ਵੀ ਘੱਟ ਲੱਗਦੇ ਅੱਛਾ ਖਿਡਾਰੀ ਜ਼ਿਆਦਾ ਹੁੰਦੇ ਖਿਡਾਰੀ ਵੀ ਜ਼ਿਆਦੇ ਮਤਲਬ ਮੈਚ ਵੀ ਤਿੰਨ ਹੋਣੇ ਅਤੇ ਟਾਈਮ ਨਾਲ ਨਿਬੜ ਜਾਣੇ ਹਾਂ ਵੀ ਟਾਈਮ ਨਹੀਂ ਹੋਣਾ ਹੁਣ ਉੱਥੇ ਰਾਇਕ ਕੀ ਪਤਾ ਕਿਤੇ ਪਿੰਡ ਬਾਰੀ 'ਚ 10 ਵੀ ਵੱਜ ਜਾਂਦੇ ਕਿਤੇ 2 ਵੀ ਵੱਜ ਜਾਂਦੇ ਸੀ ਬਾਕੀ ਅਸੀਂ ਸਾਨੂੰ ਦੂਰ ਪੈ ਜਾਂਦੀ ਆ ਮਤਲਬ ਜਦੋਂ ਜਲੰਧਰ ਲੰਘਦੇ ਹਾਂ ਤਾਂ ਦਿਨਾਂ ਲੰਘਦੇ ਹਾਂ ਸਾਨੂੰ ਦੂਰ ਪੈ ਜਾਂਦਾ ਸੰਦੀਪ ਵਰਨ ਉਦੋਂ ਦੂਰ ਪੈ ਜਾਂਦਾ ਵਿਚਾਰਿਆਂ ਨੂੰ ਮੁਕਤਸਰ ਕੋਲ ਜਾਣਾ ਫਿਰ ਉੱਥੇ ਲੇਟ ਹੋ ਜਾਂਦੇ ਪਹੁੰਚ ਫਿਰ ਜੇ ਪਿੰਡ ਬਾਰ ਮੈਚ ਮੈਂ ਕਹਿੰਦਾ ਉਸ ਏਰੀਆ 'ਚ ਜਾ ਕੇ ਖੇਡਣਾ ਫਿਰ ਤਾਂ ਹੋ ਗਿਆ ਹਾਂ ਕਈ ਵਾਰੀ ਹੁਣ ਅਸੀਂ ਮਤਲਬ ਇੱਧਰ ਇੱਕ ਦੋ ਮੈਚ ਐਤਕੀ ਸਰਸੇ ਕਿ ਨਹੀਂ ਖੇਡਿਆ ਮਤਲਬ ਮੈਂ 4-4 ਵਜੇ ਘਰੇ ਆਉਂਦਾ ਰਿਹਾ ਪਰ ਹੋਏ ਲੋਟ ਨਹੀਂ ਹੋਣਾ ਗਾ ਮੈਂ ਤਾਂ ਮੈਂ ਦੇਖ ਲਿਆ ਜਿਹੜੇ ਖਿਡਾਰੀ ਨਾ ਮਰਜ਼ੀ ਗੱਲ ਕਰਕੇ ਦੇਖ ਲਓ ਹਰੇਕ ਨੂੰ ਇਹ ਪ੍ਰੋਬਲਮ ਆ ਪਰ ਕਿਸੇ ਤੋਂ ਹੱਲ ਨਹੀਂ ਹੋਣਾ ਨਾ ਹੀ ਹੋਵੇ ਨਾ ਹੁੰਦਾ ਨਹੀਂ ਕੁਛ ਕਮੇਟੀਆਂ ਦਾ ਕਸੂਰ ਆ ਕੁਛ ਪਲੇਅਰਾਂ ਦਾ ਵੀ ਸਾਰਿਆਂ ਦਾ ਇਹੀ ਸਾਰਿਆਂ ਦੀ ਸਾਰਿਆਂ ਦਾ ਅੱਛਾ ਇਹ ਵੀ ਗੱਲ ਹੈ ਸਾਰਿਆਂ ਦਾ ਕਹਿਣਾ ਹੀ ਇਹ ਹੈ ਕਿਸੇ ਮਰਜ਼ੀ ਖਿਡਾਰੀ ਨਾਲ ਮੈਂ ਗੱਲ ਕਰਦਾ ਹੁਣ ਜਦੋਂ ਐਂ ਪੁੱਛਦਾ ਵੀ ਖੇਡ ਸਾਰੇ ਇਹਨੂੰ ਇਹ ਦਿੱਕਤ ਹੈ ਹੁਣ ਤੁਹਾਡੀ ਇੱਕ ਤਰ੍ਹਾਂ ਦਾ ਵੱਜਦੀ ਨਹੀਂ ਹਾਂ ਦੋਵਾਂ ਨੇ ਵੱਜੂਗੀ ਕਮੇਟੀਆਂ ਦਾ ਵੀ ਕਸੂਰ ਆ ਕੁਛ ਪਲੇਅਰਾਂ ਦਾ ਕਸੂਰ ਆ ਹੁਣ ਤੁਸੀਂ ਵੇਖੋ ਜੀ 4 ਵਜੇ ਆਏ ਆ ਸੁਬਾਹ ਕਿਵੇਂ ਜਾਵਾਂਗੇ ਉੱਠ
ਨਹੀਂ ਆਇਆ ਨਾ ਜੇ ਅਸੀਂ ਉਹੀ ਉੱਥੇ ਦਸ ਕੁ ਵਜੇ ਘਰੇ ਆਏ ਹਾਂ ਨੀਂਦ ਦਾ ਪੂਰਾ ਕਰਕੇ ਟਾਈਮ ਨਾਲ 12 ਮਿੰਟ ਜਾਵਾਂਗੇ ਹੁਣ ਕੱਪਾਂ ਦਾ ਹੀ ਕੰਮ ਹੈ ਕੱਪ ਤੇ ਮਤਲਬ ਟਾਈਮ ਬਣਾਉਣੇ ਆ 12 ਵਜੇ 1 ਵਜੇ ਚਲੇ ਜਾਂਦੇ ਆ ਕੁਣੀ ਰੱਖ ਲਈ ਹੱਥ ਰੱਖ ਲਿਆ ਤੇ ਮੇਰੇ ਮੇਰੇ ਛੋਟੇ ਤੇ ਵੀ ਹੈਗੇ ਆ ਉਹ ਮਾੜੀ ਮੋਟੀ ਖੇਡਿਆ ਜਿੰਨੀ ਕੁ ਉਹ ਖੇਡਾ ਉਨੇ ਉਹਦੇ ਵੀ ਹੈਗੇ ਆ ਉਹਦੇ ਥੋੜੇ ਆ ਮਾੜੇ ਮਾੜੇ ਹੈਗੇ ਆ ਕਿਉਂਕਿ ਜ਼ਿਆਦਾ ਤਾਂ ਮਤਲਬ ਜਿਹੜੇ ਲੱਤਾਂ ਲੁੱਤਾਂ ਨੂੰ ਜਾਫੀ ਲੱਗਦੇ ਜ਼ਿਆਦਾ ਤਾਂ ਉਹਨਾਂ ਦੀ ਹੁੰਦੀ ਆ ਮਤਲਬ ਕੋਈ ਮਾਂ ਆਹ ਗੋਡਾ ਲੱਗਦਾ ਗੋਡੇ ਨਾਲ ਮਤਲਬ ਲੱਗਦੇ ਗੋਡਾ ਮਸਲਿਆ ਜਾਂਦਾ ਗਿੱਟੇ ਨਾਲ ਮਸਲੇ ਜਾਂਦੇ ਆ ਕੋਈ ਲੱਫੜ ਲੁੱਫੜ ਮਾਰਦਾ ਕਦੇ ਉਹਦੇ ਨਾਲ ਵੀ ਹੋ ਜਾਂਦਾ ਸੋਨੇ ਦਾ ਸਭ ਤੋਂ ਵਧੀਆ ਦਾ ਕਿਹੜਾ ਦਾ ਜਿਹਨੂੰ ਕਹਿੰਦੇ ਵੀ ਆਹ ਸਟਾਈਲ 'ਚ ਫੜਨਾ ਬੰਦੇ ਦਾ ਆਪਾਂ ਨੂੰ ਸਾਰੀ ਵਧੀਆ ਲੱਗਦੇ ਆ ਇਕੱਲੀ ਆਪਾਂ ਨੂੰ ਮਤਲਬ ਖੜੇ ਰੇਡ ਦੀ ਬਗਲ ਜੀ ਨਹੀਂ ਭਰਨੀ ਆਉਂਦੀ ਨਹੀਂ ਦਾ ਆਪਾਂ ਨੂੰ ਸਾਰੀ ਜਿਹੜੀ ਉੱਪਰੋਂ ਫੜਦੇ ਆ ਬਗਲ ਜਿੰਦਗੀ ਨਵੇਂ ਸ਼ੁਰੂ ਕਰਨਾ ਪੈਂਦਾ ਸੱਟ ਕੇ ਜਾਣ ਲੱਗੇ ਬੰਦਾ ਮਾੜਾ ਖੇਡ ਜੇ ਦੋ ਟੂਰਨਾਮੈਂਟ ਚਾਰ ਟੂਰਨਾਮੈਂਟ ਖੜਾ ਖਾ ਲੂ ਮਿਹਨਤ ਕਰ ਲੂ ਤਕੜਾ ਹੋ ਜੂ ਸਾਡੇ ਤਾਂ ਨਵੇਂ ਸ਼ੁਰੂ ਕਰਨਾ ਪੈਂਦਾ ਗੈਪ ਹੀ ਪੈ ਗਏ ਫਿਰ ਤਾਂ ਬਸ ਗੈਪ ਹੁਣ ਮੇਰੇ ਮਤਲਬ ਜੀ ਚਾਰ ਤਿੰਨ ਸਾਲ ਮੈਨੂੰ ਗੈਪ ਪੈ ਰਿਹਾ ਤਿੰਨ ਪ੍ਰੇਸ਼ਨ ਤਾਂ ਮੇਰੇ ਹੋ ਹੀ ਗਏ ਵਿੱਚੋਂ ਕੋਈ ਮਾੜੀ ਉਂਗਲ ਠੋਕ ਗਈ ਕਿਤੇ ਇੱਕ ਸਾਲ ਮੈਂ 14 ਦੇ ਵਿੱਚ ਮੇਰੀ ਇਨਫੈਕਸ਼ਨ ਹੋ ਗਈ ਲੱਤ 'ਚ ਚੰਗਾ ਤੰਦਰੁਸਤ ਮੈਂ ਇਨਫੈਕਸ਼ਨ ਹੋ ਗਈ ਮੈਂ ਘਰੇ ਆਇਆ ਘਰੋਂ ਮੈਨੂੰ ਮੰਮੀ ਕਹਿੰਦੇ ਵਿਆਹ 'ਚ ਲੈ ਜਾ ਆਪਣੇ ਪਿੰਡ 'ਚ ਵਿਆਹ ਸੀ ਮੈਂ ਕਿਹਾ ਮੰਮੀ ਚੱਲ ਮੈਂ ਜਾ ਵੜਦਾ ਮੰਮੀ ਤੂੰ ਘਰੇ ਆ ਜੂ ਚੱਲ ਜਾ ਵਿਆਹ ਮੈਂ ਚੱਲ ਮੈਂ ਜਾ ਵੜਦਾ ਚਲੋ ਮੈਂ ਲੱਤ ਮੰਜੇ ਥੱਲੇ ਮੇਰੀ ਲੱਤ ਸਪੀਡ ਪੈਣ ਲੱਗ ਗਈ ਬਠਿੰਡੇ ਲੈ ਜਦੋਂ ਬਠਿੰਡੇ ਜਾ ਕੇ ਚੈੱਕ ਕਰਾਈ 19,000 ਰੁਪਈ ਲੈ 13,000 ਵਧੀ ਗਈ ਵਧੀ ਜਾਂਦੀ ਸੀ ਜਦੋਂ ਡਾਕਟਰ ਨੇ ਚੈੱਕ ਚੁੱਕ ਕੀਤੀ ਡਾਕਟਰ ਨੇ ਦਵਾਈ ਟ੍ਰੀਟਮੈਂਟ ਚਲਾਇਆ ਉਦੋਂ ਬਾਰੇ ਪਤਾ ਨਹੀਂ ਉੱਥੇ ਕੀ ਕਰਾਇਆ ਪੇਟ ਦਾ ਕਰਾਇਆ ਕੁਛ ਟੈਸਟ ਕਰਵਾਏ ਕੋਈ ਤੇ ਉਹ ਜਦੋਂ ਜਿਹਦੇ ਮੈਂ ਕਰਵਾਏ ਉਹ ਡਾਕਟਰ ਨੇ ਆਂਦੀ ਵੀ ਜੇ ਤੂੰ 2 ਦਿਨ ਨਾ ਹੋ ਤਾਂ ਤੇਰੇ ਗੁਰਦੇ ਨੂੰ ਹੋ ਚੱਲੀ ਸੀ ਲੀਵਰ ਤੂੰ ਖਤਮ ਸੀ ਅੱਛਾ ਉਦੋਂ ਵੀ ਮੇਰਾ 2-3 ਮਹੀਨੇ ਗੈਪ ਰਿਹਾ ਮਤਲਬ ਐਂਟੀਬਾਇਟਿਕ ਲੱਗਦੇ ਰਹੇ ਜਗਮ ਸੁਕਾਉਣ ਵਾਲੇ ਉਦੋਂ ਵੀ ਮੈਂ ਬਹੁਤ ਔਖਾ ਰਿਹਾ 2-3 ਮਹੀਨੇ ਯਾਰ ਸੱਟਾਂ ਨੇ ਤਾਂ ਬੜਾ ਤੰਗ ਕੀਤਾ ਤੈਨੂੰ ਇਹ ਮੰਨਦਾ ਸੁਣ ਹਾਂਜੀ ਸੱਟਾਂ ਨੇ ਬਹੁਤ ਤੰਗ ਕੀਤਾ ਸਰ ਜੇ ਸੱਟਾਂ ਨਾ ਹੁੰਦੀਆਂ ਤਾਂ ਫਿਰ ਗੱਲ ਹੋਰ ਹੋਣੀ ਸੀ ਮੰਨਦਾ ਕਿਉਂਕਿ ਮਾਰਿਆਂ ਨੂੰ ਜੋ ਮਨਜ਼ੂਰ ਹੋਈ ਹੋਣਾ ਹਾਂ ਜੋ ਰੱਬ ਨੂੰ ਮਨਜ਼ੂਰ ਹੋਣਾ ਹੋਈ ਆ ਪਰ ਤੰਗ ਜ਼ਿਆਦਾ ਕੀਤਾ ਸੱਟਾਂ ਨੇ ਜ਼ਿਆਦਾ ਲੱਗ ਗਈ ਹਨਾ ਉਹ ਨਾਲ ਗੈਪ ਪਈ ਗਏ ਕਬੱਡੀ 'ਚ ਵੀ ਰਿਹਾ ਹਾਂਜੀ ਫਰਕ ਪੈਂਦਾ ਅੱਛਾ ਜਿਹੜੇ ਪੈਸੇ ਨੂੰ ਲੈ ਕੇ ਇਹਦੇ ਨਾਲ ਕੋਈ ਦਿੱਕਤ ਆਈ ਸੋਨੇ ਕਿੱਦਾਂ ਵੀ ਜਿਵੇਂ ਇੰਨਾ ਟਾਈਮ ਗੈਪ ਤੇ ਖਰਚੇ ਪੱਠੇ ਦਾ ਕੋਈ ਦਿੱਕਤ ਨਹੀਂ ਆਈ ਨਹੀਂ ਖਰਚੋ ਆਪਣਾ ਮਾਂ ਪਿਓ ਜਾਂਦਾ ਰਹੇ ਕਦੇ ਨੱਕ ਨਹੀਂ ਮਟਿਆ ਡੈਡੀ ਨੇ ਆਪਣੇ ਕਦੇ ਵੀ ਨੱਕ ਨਹੀਂ ਮਟਿਆ ਹੁਣ ਮੈਂ ਇੱਕ ਸਾਲ ਮੈਂ ਲੈ ਜੀ ਮੈਂ ਗੋਟੇ ਦੀ ਦਵਾਈ ਲੈ ਕੇ ਆਇਆ ਦਿਲ ਨੂੰ ਮੈਂ 2.5 ਲੱਖ ਰੁਪਇਆ ਲੱਗ ਗਿਆ ਨਹੀਂ ਸਹੀ ਹੋਇਆ ਸੋਰੀ ਪ੍ਰੇਸ਼ਨ ਕਰਾਇਆ ਪਹਿਲਾਂ ਮੈਂ ਨਹੀਂ ਸਹੀ ਆਇਆ ਸਾਰ ਤੋਂ ਉਦੋਂ ਬਾਅਦ ਮੈਂ ਫਿਰ 2.5 ਲੱਖ ਦੀ ਦਵਾਈ ਦਿਲ ਨੂੰ ਡਾਕਟਰ ਤੋਂ ਲੈ ਕੇ ਅੱਛਾ ਉਹਦੇ ਨਾਲ ਸਹੀ ਹੋਇਆ ਵੀ ਮੈਂ ਮੇਰੇ ਡੈਡੀ ਨੇ ਕਦੇ ਵੇਰੀ ਵੀ ਨਹੀਂ ਕਿਹਾ ਵੀ ਤੂੰ ਇੰਨੇ ਪੈਸੇ ਵੀ ਤੂੰ ਉਦਾਂ ਹੀ ਬਿਨਾਂ ਦਵਾਈ ਤੋਂ ਦੇ ਰਿਹਾ ਆਪਣਾ ਠੀਕ ਹੈ ਡੈਡੀ ਨੇ ਆਪਾਂ ਨੂੰ ਇੱਕ ਦਿਨ ਵੀ ਨੀ ਕਿਹਾ
ਬਸ ਜਦੋਂ ਪਹਿਲੇ ਦਿਨ ਖੇਡਣ ਗਏ ਉਦੋਂ ਗਿਆ ਸੀ ਬਸ ਕੋਈ ਲਾਂਭਾ ਨਹੀਂ ਹੋਣਾ ਚਾਹੀਦਾ ਵੀ ਹੁੰਦਾ ਹੀ ਆ ਮੈਂ ਪਿਓ ਨੂੰ ਪਤਾ ਹੈ ਨਾ ਮੈਂ ਉਹ ਲਾਂਭਾ ਨਹੀਂ ਕੋਈ ਹੁੰਦਾ ਅਤੇ ਆਪਾਂ ਨੂੰ ਜਦੋਂ ਮਰਜ਼ੀ ਆ ਗਏ ਜਦੋਂ ਮਰਜ਼ੀ ਆ ਗਏ ਆਪਣੇ ਮਾਂ ਪਿਓ ਨੇ ਇੱਕ ਦਿਨ ਵੀ ਨਹੀਂ ਕਿਹਾ ਚੱਲਣੋਂ ਹਟ ਗਏ ਹੁਣ ਟੀਵੀ ਤੇ ਅੱਛਾ ਸੋਨੇ ਕੋਕ ਪਸੰਦ ਆ ਕਿ ਫੈਂਟਾ ਫੈ ਸੋਨੇ ਕੋਈ ਨਹੀਂ ਕੋਈ ਪਾਣੀ ਤੇ ਫਿਰ ਆ ਹੁਣ ਕੋਕ ਹੁਣ ਤੂੰ ਪੀਣਾ ਮੈਂ ਤੇ ਨਾਲ ਪੀਣਾ ਪੈਣਾ ਅੱਛਾ ਠੀਕ ਦਾ ਇਹ ਮਾੜਾ ਹੈ ਕੋਕ ਹੁਣ ਕਹਿੰਦੇ ਆ ਮਾੜਾ ਮਿੱਠਾ ਜ਼ਿਆਦਾ ਕਹਿੰਦੇ ਅੱਛਾ ਖਿਡਾਰੀਆਂ ਵਾਸਤੇ ਮਿੱਠਾ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਮੇਰਾ ਕਿਹੜਾ ਵੇਟ ਘੱਟ ਆ ਹਾਂ ਵੱਧ ਆ ਅੱਛਾ ਜਿਹਦਾ ਘੱਟ ਹੁੰਦਾ ਉਹਦੇ ਵਾਸਤੇ ਮਿੱਠਾ ਉਹਨੂੰ ਲਈ ਮਿੱਠਾ ਵੇਟ ਵੇਟ ਲਈ ਜਿਹਨੇ ਘਟਾਉਣਾ ਜਿਹਨੇ ਘਟਾਉਣਾ ਹੁਣ ਸ਼ਰਨ ਨਾ ਹੋ ਮੰਨ ਲਾ ਦੁੱਧ ਫਿੱਕੇ ਪੀਂਦਾ ਆਪਣਾ ਭਰਾ ਮਤਲਬ ਹੋਰ ਬੰਦੇ ਵੀ ਆਉਂਦੇ ਆ ਜਿਹੜਾ ਨਵਾਂ ਬੰਦਾ ਪਹਿਲੀ ਵਾਰ ਮਿਲਦਾ ਦੂਜੀ ਵਾਰ ਮਿਲਦਾ ਉਹਨੂੰ ਵੀ ਸਮਝਾਉਣਾ ਹੁਣ ਸਾਨੂੰ ਤਾਂ ਸਮਝਾਉਣੇ ਚੌਵੀ ਘੰਟੇ ਨਾ ਰਹਿੰਦੇ ਆ ਮਾਰ ਵੀ ਜਾਂਦਾ ਕਦੇ ਤੁਸੀਂ ਗਲਤ ਜਾਂਦੇ ਆ ਗਾਲਾ ਗੁਲਾ ਵੀ ਕੱਢ ਜਾਂਦਾ ਕਦੇ ਤੁਸੀਂ ਐਂ ਨੀ ਐਂ ਕਰਨਾ ਐਂ ਨੀ ਕਰਨਾ ਐਂ ਆਪਣੀ ਵੀ ਮੰਨ ਜਾਂਦਾ ਕਿੱਦਾਂ ਐਂ ਸਰ ਨੇ ਐਂ ਨੀ ਐਂ ਸਹੀ ਆ ਫਿਰ ਮੰਨ ਜਾਂਦਾ ਤੁਸੀਂ ਕਈ ਤਾਂ ਡਰਦੇ ਪਲੇਅਰਾਂ ਨੂੰ ਫੋਨ ਕਰਦੇ ਬਹੁਤ ਲੰਬਾ ਟਾਈਮ ਰਿਹਾ ਮੇਰੇ ਖਿਆਲ ਆਇਆ ਹੋਇਆ ਸ਼ਾਇਦ ਹੁਣ ਇੱਥੇ ਮੇਰੀ ਗੱਲ ਨਹੀਂ ਹੋਈ ਦੋ ਤਾਂ ਕਈ ਦੋ ਤਿੰਨ ਦਿਨ ਹੋ ਗਏ ਪਰ ਬਾਗ ਗਿਆ ਸ਼ਾਇਦ ਉਦੋਂ ਆਉਣਾ ਸੀ ਕਹਿੰਦਾ ਮੈਂ ਮੇਰੀ ਗੱਲ ਹੋਈ ਸੀ ਮੈਂ ਉਹਨੂੰ ਦੱਸਿਆ ਸੀ ਕਹਿੰਦੇ ਮੈਂ ਆਉਣਾ ਜਦੋਂ ਜਦੋਂ ਤੁਹਾਡੀ ਘੱਲ ਕਲਾਂ ਦੀ ਟੀਮ ਬਣੀ ਬਣੀ ਹੈ ਤੁਸੀਂ ਸਾਰੇ ਘੱਟ ਵਜਨ ਦੇ ਖਿਡਾਰੀ ਸੀ ਸੰਦੀਪ ਵੀ ਨਾਲ ਘੋੜਾ ਦੋਦੇ ਵਾਲਾ ਘੋੜਾ ਤੇ ਘੋੜਾ ਮਗਰੋਂ ਆਇਆ ਸ਼ਾਇਦ ਘੋੜਾ ਮਗਰੋਂ ਆਇਆ ਮੈਂ ਪਹਿਲਾਂ ਵੀ ਸੰਦੀਪ ਭਰੇ ਸੀਗੇ ਜੀਵਨ ਸੰਦੀਪ ਬੂਟੇ ਵੇਰੇ ਮਾਣੂ ਕਹਾਲੇ ਹਾਂ ਉਧਰ ਮੈਂ ਚਲਿਆ ਗਿਆ ਉਧਰ ਮਤਲਬ ਕੱਦੂ ਵਰੇ ਆ ਗਏ ਮੋਟੇ ਵਰੇ ਆ ਗਏ ਕਿਉਂਕਿ ਇਹ ਤਾਂ ਉੱਪਰ ਵਾਲੇ ਸੀਗੇ ਹੈ ਵਜਨ ਘੱਟ ਸੀ ਘੱਟ ਵਜਨ ਵਾਲੇ ਘੱਟ ਵਜਨ ਵਾਲੇ ਤੁਹਾਨੂੰ ਹੀ ਮਤਲਬ ਖੇਡਦੇ ਵਧੀਆ ਹੀ ਸਾਰੇ ਯੰਗ ਖੂਨ ਸੀ ਤੇ ਤੁਹਾਨੂੰ ਸਾਡੀ ਟੀਮ ਨੂੰ ਸਪੋਰਟ ਜ਼ਿਆਦਾ ਮਿਲਦੀ ਸੀ ਲੋਕਾਂ ਦਾ ਵੀ ਬੜਾ ਪਿਆਰ ਮਿਲਦਾ ਸੀ ਤੁਹਾਨੂੰ ਹੀ ਪਿਆਰ ਮਿਲਦਾ ਸੀ ਨਾ ਵੀ ਨਿੱਕੇ ਨਿੱਕੇ ਮੁੰਡੇ ਆ ਕੇ ਕੀ ਕਰ ਦਿੰਦੇ ਇਹ ਮਤਲਬ ਇੱਕ ਪੱਤੋ ਨਾਲ ਮੈਂ ਲੱਗਦਾ ਰਿਹਾ ਬਹੁਤ ਵਧੀਆ ਮੇਰੀ ਪ੍ਰੀ ਨਾਲ ਲੱਗਦਾ ਰਿਹਾ ਮੋਗੇ ਨਾਲ ਲੱਗਦਾ ਰਿਹਾ ਤੇ ਉਹ ਰਾਏ ਨਾ ਦੇਸੀ ਰਾਏ ਨਾ ਪੱਤੋ ਦੀ ਟੀਮ ਬਹੁਤ ਤਕੜੀ ਸੀ ਬੜੀ ਤਕੜੀ ਟੀਮ ਬਹੁਤ ਸਟਰੋਂਗ ਟੀਮ ਸਾਡੀ ਫੈਡਰੇਸ਼ਨ ਚ ਪੱਤੋ ਦੀ ਟੀਮ ਇੱਕ ਨੰਬਰ ਸੀ ਇੱਕ ਨੰਬਰ ਬਿਲਕੁਲ ਸ਼ਰਨੇ ਵਰਗੇ ਖੇਡਦੇ ਜਦੋਂ ਸ਼ਰਨਾ ਪ੍ਰਿੰਦਰ ਬਾਈ ਉਹਦੇ ਨਾਲ ਸੀਰਾ ਬਾਈ ਹੁੰਦਲ ਵਾਲੇ ਸੀ ਤੇ ਨੱਥੂ ਵਾਲਾ ਸੋਨਾ ਵੀ ਬਹੁਤ ਗੇਮ ਸੀ ਰੇਡਰ ਮਾਲਾ ਸਤਨਾਮ ਹੋ ਗਿਆ ਅਰਸ਼ੀ ਹੋ ਗਿਆ ਭੀਮ ਬਾਈ ਹੋ ਗਿਆ ਉਹ ਵੀ ਸੀ ਨਾ ਨਾਲ ਆਪਣੇ ਬਗੀਚਾ ਅਮਰੂ ਬਾਈ ਬਹੁਤ ਬਹੁਤ ਵਧੀਆ ਟੀਮ ਨਿੰਦੀ ਬਿੰਦਰਾ ਹਾਂ ਵੱਡੇ ਪਲੇਅਰ ਬਾਈ ਵਧੀਆ ਹਾਂ ਉਦੋਂ ਜਾਣੀ ਕਿ ਇੱਕ ਨੰਬਰ ਟੀਮ ਇਹਨਾਂ ਦੀ ਮੰਨੀ ਜਾਂਦੀ ਸੀ ਤੇ ਫੈਟ ਸਾਈਡ ਨਾਲ ਪੂਰੀ ਬਰਾਬਰ ਹੁੰਦੀ ਚੱਲਦੀ ਸੀ ਦਿਨ ਕਿਵੇਂ ਲੰਘਦਾ ਸੋਨੇ ਦਾ ਜਿਵੇਂ ਮੰਨ ਲਓ ਕੀ ਪੱਕੀਆਂ ਚੀਜ਼ਾਂ ਕੀ ਹੈ ਦਿਨ ਵਧੀਆ ਬਸ ਕਿਤੇ ਹੋ ਵੀ ਜਾਂਦਾ ਵਾ ਵੀ ਨਹੀਂ ਦਿਨ ਤਾਂ ਚੰਗਾ ਲੱਗਦਾ ਪਰ ਦਿਨ ਤਾਂ ਕੋਈ ਮਾੜਾ ਵੀ ਨਹੀਂ ਆ ਖੇਡਦੇ ਹੁੰਦੇ ਰੋਜ਼ ਫਿਰ ਕਿਵੇਂ ਕਦੇ ਕਦੇ ਹੁਣ ਤਾਂ ਮੈਚ ਬੰਦ ਆ ਮੈਚ ਨਹੀਂ ਜਿਹੜਾ ਗਰਾਊਂਡ ਦੀ ਪ੍ਰੈਕਟਿਸ ਜਾਊ
ਗਰਾਊਂਡ ਦੀ ਪ੍ਰੈਕਟਿਸ ਪਹਿਲਾਂ ਮੈਂ ਜਦੋਂ ਮੰਨ ਲਾ ਸਟਾਰਟਿੰਗ ਕਰਨ ਤੋਂ ਪਹਿਲਾਂ ਬਹੁਤ ਖੇਡਿਆ ਇੱਕ ਮੇਰੇ ਨਾਲ ਦਾ ਸੋਨਾ ਹੁੰਦਾ ਜੀ ਮੁੰਡਾ ਇੱਥੇ ਉਹਨੇ 4 ਵਜੇ ਗਰਾਊਂਡ ਚਲਾ ਜਾਣਾ ਅਤੇ ਮੈਂ ਵੀ 4 ਵਜੇ ਚਲਾ ਜਾਣਾ ਗਰਾਊਂਡ ਬਹੁ ਉਹਨੇ ਰੇਡਾ ਪਾਈ ਜਾਣਗਾ ਅਸੀਂ ਮੈਂ ਲੱਗੇ ਰਹਿਣਾ ਉਹਦੇ ਵਾਲ ਹੁੰਦੇ ਸੀ ਲੱਤਾਂ 'ਤੇ ਜਦੋਂ ਉਹਨੇ ਹੰਭ ਜਾਣਾ ਮੈਂ ਉਹਦੇ ਵਾਲ ਪੱਟ ਲੱਗ ਜਾਣਾ ਉੱਠ ਕੇ ਭੱਜਣਾ ਮੈਂ ਫਿਰ ਫੜ ਲੈਣਾ ਵੀ ਕੋਈ ਦਾਸ ਸਿੱਖਿਆ ਕੋਈ ਉਹ ਤਾਂ ਉਹਨੇ ਸਿਖਾਇਆ ਠੀਕ ਹੈ ਥੋੜ੍ਹਾ ਦਿਮਾਗ ਤੋਂ ਮਾੜਾ ਆ ਅੱਛਾ ਤੁਸੀਂ ਦੇਖਿਆ ਹੋਊਗਾ ਮਾੜੀ ਆਪਣੇ ਨਾਲ ਮਤਲਬ ਹੋਰ ਕਈ ਮਿਲਿਆ ਨਹੀਂ ਕਦੋਂ ਮਿਲਿਆ ਜਾਂ ਮਿਲੇ ਹੋਊਗਾ ਤਾਂ ਧਿਆਨ ਚ ਨਹੀਂ ਲੈਣਾ ਉਹਦੇ ਨਾਲ ਬਾਕੀ ਸਾਡੇ ਗਰਾਊਂਡ 'ਚ ਬਾਈ ਮੰਨ ਲਾ ਜਿਹੜੇ ਪੁਰਾਣੇ ਪਲੇਅਰ ਸੀ ਬੁੱਲੇ ਬਾਈ ਵਰੇ ਕੇਵਲ ਬਾਈ ਵਰੇ ਇਹ ਬਹੁਤ ਕਬੱਡੀ ਖੇਡਿਆ ਪਿੰਡ ਆ ਬਹੁਤ ਕਬੱਡੀ ਖੇਡਦੇ ਰਹੇ ਆ ਮਤਲਬ ਇੱਕ ਜ਼ਿਆਦਾ ਤਿਕਰ ਮਤਲਬ ਗਰਾਊਂਡ ਪਲੇਅਰ ਸੀ ਖੇਡਦੇ ਹੀ ਰਹੇ ਆ ਦੂਜੀ ਪਲੇਅਰ ਨੋਰਮਲ ਪਲੇਅਰ ਨਹੀਂ ਕਰਦੇ ਰਹੇ ਖੇਡਦੇ ਹੀ ਜਾਂਦੇ ਰਹੇ ਆ ਨਹੀਂ ਤੁਸੀਂ ਸੁਣਦੇ ਤੂੰ ਜਿਵੇਂ ਵੀਰੇ ਮੰਨ ਲਓ ਇੱਕ ਤਾਂ ਹੋ ਗਿਆ ਵੀ ਗਰਾਊਂਡ ਦੀ ਪ੍ਰੈਕਟਿਸ ਜ਼ਿਆਦਾ ਕਰਦੇ ਆ ਇੱਕ ਹੁੰਦਾ ਜਿੰਮ ਵਗੈਰਾ ਲਾਉਣਾ ਜਿੰਮ ਨਹੀਂ ਲਾਈ ਘੱਟ ਹੀ ਲਾਈ ਜਿੰਮ ਤਾਂ ਹੁਣ ਮੰਨ ਲਾ ਜਦੋਂ ਮੈਂ ਬਾਹਰ ਬੂਹਰ ਮਤਲਬ ਕਨੇਡਾ ਗਿਆ ਜਦੋਂ ਉਦੋਂ ਲਾਈ ਇੱਕ ਸਾਲ ਜਦੋਂ ਮੈਂ ਨਿਊਜ਼ੀਲੈਂਡ ਗਿਆ ਉਦੋਂ ਥੋੜ੍ਹੀ ਲਾਈ ਆ ਨਹੀਂ ਜਿੰਮ ਨਹੀਂ ਲਾਈ ਜਿੰਮ ਮੈਂ ਐਤਕੀ ਹੁਣ ਪਹਿਲੇ ਸਾਲ ਸੀਜ਼ਨ ਚੱਲਣ ਤੋਂ ਪਹਿਲਾਂ ਫਰੀਦਕੋਟ ਲਾਉਂਦੇ ਰਿਹਾ ਮਿਹਨਤ ਭਗਵਾਨਾਂ ਕੋਲ ਬਾਈਕ ਪੇਪਰ ਲਵਾਉਂਦਾ ਹੁੰਦਾ ਮਿਹਨਤ ਉੱਥੇ ਠੀਕ ਹੈ ਬਹੁਤ ਵਧੀਆ ਮਿਹਨਤ ਕਰਦਾ ਰਿਹਾ ਹੁਣ ਨਹੀਂ ਬਾਲਾ ਗਰਾਊਂਡ ਦੀ ਪੈਟਰਨ ਸਿੱਧਾ ਮੈਚ ਹੁਣ ਪਰ ਮੈਚ ਚੱਲ ਪਏ ਸੀ ਬਾਈ ਉਦੋਂ ਫਿਰ ਮਿਹਨਤ ਜ਼ਿਆਦਾ ਹੁੰਦੀ ਨਹੀਂ ਹੁੰਦਾ ਉਦੋਂ ਤਾਂ ਉਹ ਸਿੱਧਾ ਮੈਚ ਹੀ ਸਿੱਧਾ ਮੈਚ ਹੁਣ ਮੈਚ ਆਫ ਹੋ ਗਿਆ ਹੁਣ ਲਾਵਾਂਗੇ 4-5 ਮਹੀਨੇ ਦੀ ਟਿਕਾ ਕਰਾਂਗੇ ਕਿੱਥੋਂ ਟੂਰ ਕਿੱਥੋਂ ਦੇ ਹੋ ਚੁੱਕਿਆ ਹੁਣ ਤੱਕ ਬਾਹਰ ਬਾਈ ਮੈਂ ਕੈਨੇਡਾ ਗਿਆ ਅਤੇ ਨਿਊਜ਼ੀਲੈਂਡ ਗਿਆ ਉੱਥੋਂ ਦਾ ਕਿਵੇਂ ਰਿਹਾ ਐਕਸਪੀਰੀਅੰਸ ਜ਼ਿਆਦਾ ਵਧੀਆ ਕੈਨੇਡਾ ਖੇਡਣਾ ਵਧੀਆ ਲੱਗਿਆ ਕਿ ਨਿਊਜ਼ੀਲੈਂਡ ਜ਼ਿਆਦਾ ਜਿਹੜੀ ਕਬੱਡੀ ਆ ਸਹੀ ਕਬੱਡੀ ਹੁੰਦੀ ਆ ਉਹ ਤਾਂ ਕੈਨੇਡਾ ਹੀ ਹੁੰਦੀ ਆ ਭਾਰੀ ਕਬੱਡੀ ਭਾਰੀ ਉਹਦੇ ਉੱਪਰ ਹੈ ਹੀ ਨਹੀਂ ਉਹ ਸਟੰਟ ਉਹਦੀ ਕਬੱਡੀ ਦੇ ਉੱਪਰ ਕੁਛ ਹੈ ਨਹੀਂ ਉਹਦੇ ਉੱਪਰ ਤਾਂ ਰੱਬ ਦਾ ਨਾ ਪਲੇਅਰ ਉੱਥੇ ਸੁਪਰ ਸਾਰੇ ਵੱਡੀਆਂ ਟੀਮਾਂ ਬਣ ਗਈਆਂ ਨੇ ਏ ਗ੍ਰੇਟ ਪਲੇਅਰ ਸਭ ਜਾਂਦਾ ਉੱਥੇ ਲੋਕ ਬੀਜੀ ਵੀ ਘੱਟ ਆ ਨਿਊਜ਼ੀਲੈਂਡ ਅੱਛਾ ਕੈਨੇਡਾ ਨੇ ਲੋਕ ਨੇ ਏਦਾਂ ਨੀ ਮਿਲਦੇ ਸੀ ਮਿਲਦੇ ਜਰੂਰ ਸੀ ਮੰਨ ਲਾ ਫੋਨ ਕਰਕੇ ਆਪਾਂ ਨੂੰ ਮਿਲਣਾ ਪੈਂਦਾ ਕੈਨੇਡਾ ਜਿਵੇਂ ਇੱਥੇ ਦਾ ਮੰਨ ਲੈਂਦਾ ਤਕਰੀਬਨ ਜਿਹੜੇ ਬੰਦੇ ਡੇਲੀ ਮਿਲਦੇ ਸੀ ਕੈਨੇਡਾ ਏਦਾਂ ਨੀ ਕੈਨੇਡਾ ਫੋਨ ਕਰਕੇ ਬੰਦੇ ਨੂੰ ਮਿਲਣਾ ਪੈਂਦਾ ਜੈਲਦਾਰ ਬਰੇ ਜਿਹਨਾਂ ਕੋਲ ਅਸੀਂ ਮੈਂ ਰਪਿੰਦਰ ਆਉਂਦੇ ਰਹੇ ਹਾਂ ਪਰ ਜਿਹਨਾਂ ਕੋਲ ਦਰਾਜ ਤੇ ਬੰਦ ਰਹੇ ਮਗਰ ਉਹ ਮੁੰਡਿਆਂ ਨਾਲ ਵੀ ਉਹਨਾਂ ਨੇ ਵੀ ਆਪਣੀ ਗੱਲ ਵਾਧੂ ਹੋ ਜਾਂਦੀ ਦੂਰ ਹੋ ਜਾਂਦਾ ਥੋੜਾ ਜਿਹਾ ਰਿਕਵਰੀ ਕਰ ਲਈਏ ਧਿਆਨ ਇੱਧਰ ਧਿਆਨ ਜਾ ਵੜਦਾ ਸੀਗਾ ਪਿਛਲੇ ਸਾਲ ਵੀ ਆਪਣੀ ਗੱਲ ਹੁੰਦੀ ਰਹੀ ਆ ਹੈਪੀ ਨਾਲ ਵੀ ਪਰ ਉਦੋਂ ਮੈਂ ਫਰੀਦਕੋਟ ਸੀ ਉੱਥੇ ਮਿਹਨਤ ਕਰਦਾ ਸੀ ਖੁਰਾਕ ਦੀ ਵੀ ਨੌਲੇਜ ਮਿਹਨਤ ਕਰਾਉਂਦੀ ਨੌਲੇਜ ਬਾਈ ਦੀ ਆਪਦੀ ਉਮਰ 53-54 ਹਾਲ ਦੇਖਣ ਚ ਨਹੀਂ ਲੱਗਦਾ ਵੀ ਸਾਡੇ 20 ਜਿੰਨੇ ਮਿਹਨਤ ਇਕੱਲੇ ਕਰ ਜਾਂਦੇ ਇੰਨੀ ਮਿਹਨਤ ਕਰਦਾ ਸੀ ਬਾਈ ਹਿਸਾਬ ਵੀ ਸੀ ਬਾਈ ਨੂੰ ਕਰਾਉਣ ਦਾ ਮਿਹਨਤ ਮੈਂ ਤਾਂ ਪਹਿਲਾਂ ਕੱਟੀ ਕਰਦਾ ਸੀ ਸਾਨੂੰ ਵੀ ਅੱਖਾਂ ਥੱਕਣ ਦਿੰਦਾ ਨਹੀਂ ਸੀ ਸੁਣੇ ਹੁਣ ਤੱਕ ਸਨਮਾਨ ਕਿਹੜੇ ਕਿਹੜੇ ਹੋਏ ਆ ਜਾਂ ਬੈਸਟ ਕਿੰਨੇ ਕੁ ਵਾਰੀ ਰਹੇ ਹੋ ਗਿਣਤੀ ਕੋਈ ਬੈਸਟ ਨਹੀਂ ਤਾਂ ਗਿਣਤੀ ਨਹੀਂ ਗਈ ਅਤੇ ਸਨਮਾਨ ਤਾਂ ਗੱਡੀ ਹੋਈ ਆ ਇੱਕ ਬੁਲਟ ਹੋਇਆ ਮਤਲਬ ਕਿਹਦੇ ਵੱਲੋਂ ਉਹ ਆਪਾਂ ਨੂੰ ਗੱਲਾਂ ਨਹੀਂ ਕੀਤਾ ਅੱਛਾ ਇੱਕ ਸਾਲ ਮਾੜੀ ਦੇ ਮਿਲ ਦੇ ਬੁਲਟ ਦਿੱਤਾ ਸੀ ਅਤੇ ਇੱਕ ਸਾਲ ਆਪਾਂ ਨੂੰ ਆਈ ਟਵੈਂਟੀ ਗੱਡੀ ਘੱਲਾਂ ਦਿੱਤੀ ਸੀ ਮਾਣੂ ਕੀ ਗੱਲ ਗੱਡੀ ਅਤੇ ਬੁਲਟ ਮੋਟਰ ਰੱਖਿਆ ਹੋਇਆ ਮੋਟਰਸਾਈਕਲ 'ਤੇ ਨਹੀਂ ਦੋਨੇ ਵੇਚਦੇ ਅੱਛਾ ਗੱਡੀ ਹੋਵੇ ਹੁਣ ਪਿਛੇ ਵਿੱਚ ਹੀ ਆ ਕੋਈ ਥੋੜ੍ਹਾ ਜਿਹਾ ਵਹਿਮ ਜਿਹਾ ਛੱਟਾ ਛੁੱਟਾ ਲੱਗ ਗਿਆ ਸੀ ਆਪਾਂ ਲੈਣੀ ਆਈ ਟਮੰਟੀ ਆ ਬਈ ਹੁਣ ਵੇਚ ਕੇ ਹੋਰ ਲੈਣ ਤੈਨੂੰ ਇਹ ਲੱਗਿਆ ਵੀ ਉਹਦਾ ਜਿੱਦੇ ਜਿੱਦੇ ਆਈ ਆ ਉਦੇ ਹੀ ਮੇਰੇ ਗੁੱਡੇ 'ਤੇ ਸੱਟ ਲੱਗੀ ਆ ਮੈਂ ਗੱਡੀ ਲਈ ਨਹੀਂ ਮੇਰੇ ਛੋਟੇ ਭਾਈ ਨੇ ਲਈ ਤਾਂ ਜੀਵਨ ਨੇ ਲਈ ਮੈਂ ਗੱਡੀ ਚੱਬ ਨੂੰ ਫੜੀ ਕਿਉਂਕਿ ਸੱਟ ਲੱਗ ਗਈ ਸੀ ਫਿਰ ਉਹ ਵਹਿਮ ਹੋ ਗਿਆ ਇੱਕ ਤਰ੍ਹਾਂ ਦਾ ਉਦੋਂ ਬਾਅਦ ਫਿਰ ਹੋ ਗਿਆ ਦੋ ਹੋਰ ਹੋ ਗਏ ਇਸ ਕਰਕੇ ਗੱਡੀ ਸੇਲ ਕਰਤੀ ਸੇਲ ਕਰਤੀ ਹੋਰ ਨਹੀਂ ਲਈ ਗੱਡੀ ਕੋਈ ਹੋਰ ਨਹੀਂ ਲਈ ਆਈ ਟਵੈਂਟੀ ਲੈਣੀ ਆ ਬਸ ਹੁਣ ਲੈ ਲੈ ਲੈਣੀ ਆ ਦੇਖਦੇ ਫਿਰਦੇ ਆ ਤੇ ਮੋਟਰਸਾਈਕਲ ਬੁਲਟ ਰੱਖਿਆ ਹੋਇਆ ਉਹ ਵੀ ਨਹੀਂ ਬੁਲਟ ਵੀ ਤੇ ਮੈਂ ਉਦੋਂ ਪੈਸੇ ਲੈਣੇ ਸੀਗੇ ਬੁਲਟ ਮੇਰੇ ਕੋਲ ਪਹਿਲਾਂ ਸੀਗਾ ਠੀਕ ਹੈ ਹੁਣ ਮੋਟਰਸਾਈਕਲ ਬੁਲਟ ਹੈਗਾ ਨਹੀਂ ਬੁਲਟ ਦੂਜਾ ਮੋਟਰਸਾਈਕਲ ਦੋ ਆ ਠੀਕ ਹੈ ਤੇ ਹੁਣ ਬੁਲਟ ਦੇਣਾ ਆਪਾਂ ਨੂੰ ਹੋਰ ਰੱਖ ਲਾਂਗੇ ਹੁਣ
ਮੈਨੂੰ ਹੈ ਨੀ ਸ਼ੌਂਕ ਬੁਲਟ ਦਾ ਬਾਈ। ਅੱਛਾ ਛੋਟੇ ਨੂੰ ਆ, ਉਹ ਮੈਨੂੰ ਕਹਿੰਦਾ ਰਹਿੰਦਾ ਸੀ ਮੈਂ ਚੱਲ ਹੁਣ ਮਿਲਨੇ ਆ ਤੂੰ ਰੱਖ ਲਈ ਪਾਉਂਦੀ, ਆਖਦੇ ਦੋ ਮਿਲਨੇ ਆ ਦੋ ਰੱਖ, ਦੋ ਨਹੀਂ ਰੱਖ ਲਈ। ਆਪਾਂ ਨੂੰ ਹੈ ਆਪਾਂ ਨੂੰ ਸ਼ੌਂਕ ਉੱਡੇ ਤੇ, ਆਪਾਂ ਨੂੰ ਕੋਈ ਸ਼ੌਂਕ ਨਹੀਂ ਬਾਈ। ਅੱਛਾ ਨਹੀਂ ਨਾਲੇ ਕਹਿੰਦੇ ਕ੍ਰਿਕਟ ਵੀ ਆ ਹੁਣ ਮੈਂ ਸੁਣਦੇ। ਹਾਂ ਕ੍ਰਿਕਟ ਦੇਖੀ ਆ ਨਾ, ਕ੍ਰਿਕਟ ਤੂੰ ਦੇਖਿਆ ਘਰੇ, ਮੈਂ ਦੇਖੀ ਕਰੇ, ਬਿਨਾਂ ਕ੍ਰਿਕਟ ਹੀ ਟੀਵੀ ਚ, ਪਰ ਕਬੱਡੀ ਦੇ ਬਿਨਾਂ ਸ਼ੌਂਕ ਕੋਈ ਨਹੀਂ। ਕ੍ਰਿਕਟ ਦਾ ਸ਼ੌਂਕ ਉਹਨੂੰ ਆਪਣੇ ਉਹਨੂੰ ਵੀ ਹੈ, ਜੀਵਨ ਨੂੰ ਵੀ ਬਹੁਤ ਆ। ਨਹੀਂ ਹਾਂ ਉਹ ਖੇਡਦਾ ਵੀ ਆ, ਖੇਡਦਾ ਵੀ ਆ। ਤੁਸੀਂ ਵੀ ਖੇਡਦੇ? ਅਸੀਂ ਮੈਨੇ ਛੋਟਾ ਹੁੰਦਾ ਮਾੜਾ ਮਾੜਾ ਜਦੋਂ ਕਬੱਡੀ ਨਹੀਂ ਖੇਡਦੇ ਸੀ, ਇੱਥੇ ਆਵੇ ਬਾਹਣ ਆਪਣੇ ਇੱਥੇ ਜਦੋਂ ਆਵੇ, ਹੁਣ ਕਣਕ ਕਬੱਡੀ ਇੱਥੇ ਛੋਲਿਆਂ ਦੀ ਪਿੱਚ ਬਣਾਈ ਹੋਈ ਆਵੇ, ਹਾਂ ਬਾ ਇੱਥੇ ਖੇਡਦੇ ਆਣੀ ਛੋਲਾਂ ਟਾਈਮ ਪਾਸ ਕਰ ਲੈਣਾ। ਮੱਲਾ ਸਕੂਲ 'ਚ ਵੀ ਚਲੇ ਜਾਂਦੇ ਸੀਗੇ, ਹਾਂ ਅਤੇ ਇੰਨਾ ਆਪਾਂ ਨੂੰ ਹੈ ਨਹੀਂ ਸੀ ਵੀ ਆਪਾਂ ਕ੍ਰਿਕਟ ਖੇਡਣੀ ਖੇਡਣੀ। ਸ਼ੌਂਕ ਆਪਣੀ ਕਬੱਡੀ ਦਾ ਸੀ, ਕਿਉਂ ਕਬੱਡੀ ਦਾ ਸ਼ੌਂਕ ਆਇਆ ਸੀ ਮੇਰੇ ਦਾਦਾ ਜੀ ਜਿਹੜੇ ਪਹਿਲਾਂ ਖੇਡਦੇ ਰਹੇ ਆਪਣੇ, ਹਾਂ ਬਾਈ ਬੁੱਲੇ ਵਰੇ ਕੇਵਲ ਵਰੇ ਖੇਡਦੇ ਰਹੇ ਆ, ਵਾਲੀਬਾਲ ਦੀ ਟੀਮ ਆਪਣੀ ਬਹੁਤ ਖੜੀ ਹੁੰਦੀ ਸੀ ਪਹਿਲਾਂ। ਹਾਂ ਦਾਦੇ ਵਰੇ ਨੂੰ ਸ਼ੌਂਕ ਸੀਗਾ ਕਬੱਡੀ ਦਾ ਬਹੁਤ, ਉਹਨਾਂ ਮਗਰ ਬਹੁਤ ਜਾਂਦੇ ਰਹੇ ਆ ਦਾਦੇ ਵਰੇ, ਵੀ ਉਹਨਾਂ ਮਗਰ ਬਹੁਤ ਜਾਣਾ, ਬਹੁਤ ਸ਼ੌਂਕ ਉਹਨਾਂ ਨੂੰ ਬਾਪੂ ਨੂੰ ਆਪਣੇ ਬਹੁਤ ਜ਼ਿਆਦਾ ਸ਼ੌਂਕ ਸੀ। ਅੱਛਾ ਹੁਣ ਉਹਨਾਂ ਦੀ ਉਹ ਨਹੀਂ ਹੈਗੀ, ਬਾਪੂ ਦੀ ਆਵੇ ਪਿਛੇ ਮਹੀਨਾ ਡੇਢ ਮਹੀਨਾ ਹੋਇਆ ਇੱਥੋਂ ਗਈ ਸੀ ਬਾਪੂ ਬੇਬੇ, ਅਤੇ ਬੇਬੇ ਨੇ ਆਪਾਂ ਨੂੰ ਇੰਨੀ ਕੁ ਖੁਰਾਕ ਪਾਈ ਵੀ ਛੱਡ ਕੇ ਲੈਂਦੇ, ਆਪਾਂ ਸਾਰੀ ਉਮਰ ਬੇਬੇ ਦੇਣ ਦਿੰਦੇ ਸਨ ਦਾਦੀ ਦਾ, ਦਾਦੀ ਦਾ ਬਹੁਤ ਉਹਨੇ ਕੰਮ ਕੀਤਾ, ਉਹਨੇ ਬਹੁਤ ਸੇਵਾ ਕੀਤੀ ਮੇਰੀ, ਮਤਲਬ ਦਿਮਾਗ ਚੇਤਾ ਭੁੱਲ ਜਾਂਦਾ ਸੀ। ਅੱਛਾ ਦਾਦੀ ਦਾ ਮਤਲਬ ਮੈਂ ਹੁਣ ਬਾਹਰ ਅੰਦਰ ਖੇਡਣ ਜਾ ਵੜਦਾ ਸੀ, ਜੋ ਕਿ ਘਰੇ ਚੀਜ਼ ਹੋਣੀ ਫਲ ਫੁੱਲ ਹੋਣੇ, ਉਹਨੇ ਕਿਹੜਾ ਮੁੰਡਾ ਬਾਹਰ ਗਿਆ ਵਾ, ਉਹਨੇ ਚੱਕ ਕੇ ਸੰਦੂਕ ਚ ਲੁਕੋ ਦੇਣੇ, ਅੱਛਾ ਹੋਣੇ ਕੇਲੇ ਹੋਣੇ ਕੋਈ ਵੀ ਹੋਣਾ, ਉਹਨੇ ਜਾ ਕੇ ਸੰਦੂਕ ਚ ਲੁਕੋ ਦੇਣਾ, ਸੋਨੇ ਵਾਸਤੇ ਰੱਖ, ਸੋਨੇ ਵਾਸਤੇ ਰੱਖਣੇ ਆ। ਉਹ ਦਿਮਾਗ ਸਹੀ ਨਹੀਂ ਸੀ, ਉਹ ਭੁੱਲ ਜਾਂਦੀ ਸੀ ਦਿਮਾਗ ਅੰਦਰ ਰੱਖਿਆ, ਉਮਰ ਉਹ ਅੰਦਰ ਹੀ ਗਲ ਜਾਂਦੀ ਸੀ। ਅੱਛਾ ਵੀ ਉਮਰ ਦੇ ਹਿਸਾਬ ਨਾਲ ਹੋ ਜਾਂਦਾ, ਉਮਰ ਦੇ ਹਿਸਾਬ ਨਾਲ, ਹਾਂ ਉਮਰ ਦੇ ਹਿਸਾਬ ਨਾਲ ਸੀ, ਪਹਿਲਾਂ ਦਿਮਾਗ ਬਹੁਤ ਸੀ, ਬਹੁਤ ਜ਼ਿਆਦਾ ਕੰਮ ਕੀਤਾ, ਜਿਹਨੇ ਬਜ਼ੁਰਗ ਦਾਦੇ ਜਿਹਨਾਂ ਤੇਰੀ ਦਾਦੀ ਨੇ ਕੰਮ ਕੀਤਾ, ਕਿਸੇ ਨੇ ਨਹੀਂ ਕੀਤਾ, ਬੰਦੇ ਨੇ ਵੀ ਨਹੀਂ ਕੀਤਾ ਚੰਗੇ ਨੇ, ਤੇਰੇ ਪਿਓ ਦਾਦੇ ਵੀ ਨਹੀਂ ਕੀਤਾ ਕੰਮ ਜਿਹਨਾਂ ਤੇਰੀ ਦਾਦੀ ਨੇ ਕੀਤਾ। ਗੱਡਾ ਪੱਠਿਆਂ ਦਾ ਇਕੱਲੀ ਖੇਤੋਂ ਵੱਢ ਲੈਂਦੀ ਸੀ, ਆ ਕੇ ਨਰਮਾ ਵੀ ਚੁੱਕਦੀ ਰਹੀ ਆ, ਦੋ ਭੂਆ ਮੋਢੇ ਟੰਗੇ ਹੁੰਦੇ ਕਿ ਨਹੀਂ ਮੇਰੇ, ਤੇ ਚੁਣੀਆਂ ਚੁਣਾ ਨਰਮਾ ਮੈਂ ਫਿਰ ਵੀ ਚੁੱਕ ਦਿੰਦੀ ਸੀ। ਪੁਰਾਣੀਆਂ ਯਾਰ ਖੁਰਾਕਾਂ ਦਾ ਫਰਕ ਦਾ ਫਰਕ ਸੀ, ਆਪਣਾ ਆਪਾਂ ਤੋਂ ਨਹੀਂ ਹੁਣ ਇੰਨਾ ਹੋ ਸਕਦਾ ਜਿਹੜੇ ਹਿਸਾਬ ਨਾਲ ਉਹ ਕਰ ਲੈਂਦੇ ਸੀ ਪੁਰਾਣੇ ਬਜ਼ੁਰਗ, ਨਾ ਮੁਸ਼ਕਿਲ ਆ, ਆਪਾਂ ਤਾਂ ਦੋਵੇਂ ਨਹੀਂ, ਆਪਾਂ ਦੋਵੇਂ ਉਹਨਾਂ ਦੇ ਨਾਲ ਹੋ ਸਕਦਾ, ਜਿੰਨਾ ਉਹ ਇਕੱਲਾ ਕਰ, ਇਕੱਲਾ ਕਰ ਲੈਂਦੇ ਸੀ। ਉਦੋਂ ਗੁੱਸਾ ਗੁੱਸਾ ਘੱਟ ਸੀਗਾ ਲੋਕਾਂ, ਈਰਖਾ ਘੱਟ ਸੀਗੀ, ਬਈ ਉਹ ਨੀ ਜਾਂਦਾ ਉਹ ਜਾਂਦਾ ਉਹ ਨੀ ਜਾਂਦਾ ਉਹ ਜਾਂਦਾ, ਹੁਣ ਵੱਡੇ ਪਰਿਵਾਰ, ਹਾਂ ਹੁਣ ਆਏ ਆ ਵੀ ਜੋ ਜਾਊ ਤਾਂ ਮੈਂ ਜਾਊ ਨੀ ਮੈਂ ਜਾਂਦਾ, ਇਸ ਤਰ੍ਹਾਂ ਦਾ ਤਾਂ ਹੈਗਾ ਹੈਗਾ ਨਾ ਬਾਈ, ਇੱਥੇ ਆ ਕੇ ਫਿਰ ਬਈ ਫਰਕ ਪੈ ਜਾਂਦਾ। ਤੇ ਬਾ ਆਪਣੇ ਦਾਦੇ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ, ਫਿਰ ਉਹਦਾ ਸ਼ੌਂਕ ਪੂਰਾ ਕੀਤਾ, ਦਾਦੇ ਦਾ ਸ਼ੌਂਕ ਹੈ ਕਬੱਡੀ, ਉਹਨਾਂ ਦੇ ਕਰਕੇ ਖੇਡਦੇ, ਪਹਿਲਾਂ ਸਕੂਲ 'ਚ ਵੀ ਖੇਡਦੇ, ਮੈਂ ਇੱਥੋਂ ਮਤਲਬ ਸਕੂਲ ਹੀ ਖੇਡਣੀ ਅਤੇ ਮੈਂ ਜਾਣਾ ਸਕੂਲ 'ਚ ਖੇਡੀ ਜਾਣਾ, ਮਤਲਬ ਉਹਨੇ ਮਗਰ ਆ ਜਾਣਾ ਸਕੂਲ 'ਚ, ਮਤਲਬ ਪੀੜ ਪੂੜ ਖਾਲੀ 'ਚ ਕਈ ਵਾਰ ਭੱਜ ਭੁੱਜ ਵੀ ਜਾਂਦੇ ਕਲਾਸਾਂ 'ਚੋਂ, ਅਤੇ ਉਹਨੇ ਉਹਨੇ ਕੁਛ ਨਹੀਂ ਕਹਿਣਾ, ਅਸੀਂ ਖੇਡੀ ਜਾਣਾ, ਤੂੰ ਮਤਲਬ ਸਕੂਲ ਹੀ ਗੇਮਾਂ ਜਾਣਾ, ਮੈਂ ਡੈਡੀ ਵਾਲੇ ਨੇ ਪੈਸੇ ਦੇ ਦੇਣੇ, ਤੂੰ ਉਹਨੇ ਮੈਨੂੰ ਪਾਸੇ ਕਰਕੇ ਮੈਨੂੰ ਹੋਰ ਪੈਸੇ ਫੜਾ ਦਿੰਦੇ, ਪੁੱਤ ਖਾ ਪੀ ਲਈ ਸਕੂਲ, ਵੀ ਬਹੁਤ ਜ਼ਿਆਦਾ ਸੌਖੀ ਦਾਦੇ ਨੂੰ। ਮੈਂ ਹੁਣ ਵੀ ਬਾਅਦ 'ਚ ਵੀ ਜਦੋਂ ਇੱਥੇ ਸਕੂਲੋਂ ਹਟ ਕੇ ਖੇਡਣ ਲੱਗਿਆ, ਬੇਟ ਬੂਟ ਵੀ ਖੇਡਣ ਲੱਗਿਆ, ਉਦੋਂ ਵੀ ਮੰਨ ਲਿਆ ਜੇ ਮੈਂ ਉਦੋਂ 1000 ਮੰਗਣਾ, ਮੈਨੂੰ ਉਹਨੇ 2000 ਦੇਣਾ ਬਾਪੂ ਨੇ, ਬਹੁਤ ਜ਼ਿਆਦਾ ਹੱਦੋਂ ਜ਼ਿਆਦਾ ਸ਼ੌਂਕ ਸੀਗਾ, ਕਿਉਂਕਿ ਸ਼ੌਂਕ ਆਇਆ ਸੀ ਵੀ ਮੰਨ ਲਓ ਉਹਨਾਂ ਮਗਰ ਕਿੰਨਾ ਜਾਂਦਾ ਰਿਹਾ ਜਿਹੜੇ ਸਾਡੇ ਪੁਰਾਣੇ ਖੇਡਦੇ ਸੀ ਵਾਲੀਬਾਲ, ਡੈਡੀ ਵੀ ਵਾਲੀਬਾਲ ਖੇਡਦਾ ਰਿਹਾ ਮਾੜਾ ਮੋਟਾ, ਫਿਰ ਡੈਡੀ ਨੂੰ ਵੀ ਸ਼ੌਂਕ ਸੀ ਨਾਲ, ਤੇ ਮੰਮੀ ਵੀ ਮਾੜਾ ਮੋਟਾ ਲੜਨਾ, ਚੱਲ ਹੁਣ ਤਾਂ ਉਹਨੇ ਕਹਿੰਦਾ ਲੜਦੇ ਆ, ਪਹਿਲਾਂ ਲੜਦੇ ਰਹੇ ਆ ਵੀ ਤੁਸੀਂ ਕਿਹੜੇ ਕੰਮੀ ਪਏ ਆ, ਨਾ ਫਲਾਣਾ ਤਾਂ ਕਹਾਂ ਬੁੜੀਆਂ ਕਰਦੀਆਂ ਹੁੰਦੀਆਂ, ਸ਼ਰਨ ਨੂੰ ਬਹੁਤ ਰੋਕਦੇ ਰਿਹਾ ਡੈਡੀ, ਉਹਦਾ ਡੈਡੀ ਬਹੁਤ ਰੋਕਦਾ ਰਿਹਾ ਸ਼ਰਨ ਨੂੰ, ਕਬੱਡੀ ਨਹੀਂ ਖੇਡਣੀ, ਹਾਂ ਉਹਦੀ ਭੈਣ ਤੇ ਮਾਂ ਕਹਿੰਦੀ ਖੇਡ ਖੇਡ ਲੈ ਵੀ ਜੇ। ਅੱਛਾ ਪਰ ਇਹ ਕਹਾਣੀਆਂ ਹੈ ਨਾ ਕਿਹੋ ਜਿਹੀਆਂ, ਕਿਵੇਂ ਲੱਗਦਾ ਆਪਾਂ ਨੂੰ ਪਤਾ ਨਹੀਂ ਹੁੰਦਾ, ਤੇ ਮੈਨੂੰ ਦੇਖ ਲਾ ਮੈਨੂੰ ਨਹੀਂ ਸੀ ਪਤਾ ਜੀ ਸੋਨੇ ਤੁਸੀਂ ਵੀ ਇੱਕ ਦਾਦੇ ਦੀ ਇੱਛਾ ਨੂੰ ਪੂਰੀ ਕਰਨ ਵਾਸਤੇ ਕਬੱਡੀ ਖੇਡੇ, ਪਰ ਫਿਰ ਵੀ ਬਹੁਤ ਵਧੀਆ ਲੈਵਲ ਤੱਕ ਹੈ ਨਾ। ਹਾਂ ਬਾਪੂ ਦੀ ਬਾਪੂ ਨੇ ਕਹਿਣਾ ਬਹੁਤ ਮੋਟਰਸਾਈਕਲ ਤੇ ਗੱਡੀ ਜਿੱਤ ਲਾ, ਬਸ ਹੋਰ ਕੁਛ ਨਹੀਂ ਜਿੱਤ, ਆਹ ਕਿਹਾ ਕੀ ਬਾਹਲੇ ਨਹੀਂ ਕਹਿੰਦਾ ਸੀ ਉਹ, ਤੇ ਆਪਾਂ ਚੱਲ ਬਾਬੇ ਦੀ ਕਿਰਪਾ ਨਾਲ ਜਿੱਤ ਲੈਣਗੇ, ਕਾਫੀ ਹੋਣਗੇ 40-50 ਦੇ ਨੇੜੇ ਹੋਣਗੇ 40-50, ਸਹੀ ਹੈ 40-50 ਮੋਟਰਸਾਈਕਲ ਹੋਣਗੇ, 40 ਮੋਟਰਸਾਈਕਲ ਗਿਣੇ ਨਹੀਂ ਗੇ ਵੀ ਹੋਣਗੇ, ਪਰ ਰੱਖਦੇ ਨਹੀਂ ਤੁਸੀਂ ਹੈ ਨਾ, ਮੈਂ ਦੇਖਿਆ ਕੋਈ ਇੰਨੇ ਪਲੇਅਰਾਂ ਦੇ ਕੋਲੇ ਨਹੀਂ ਰੱਖਦਾ, ਕੋਈ 2 ਰੱਖ ਲੇ, 3 2 ਹੈਗੇ, 2-3 ਵੀ ਹੋਣਗੇ ਕਿੰਨੇ ਕੋਲੇ, ਮੇਰੇ ਕੋਲ 2 ਹੈਗੇ ਆ, ਤੇ ਆਏ ਤਾਂ ਮੈਂ ਹੁਣ ਜੋ ਸੀਜ਼ਨ ਚੱਲਦਾ ਸੀ 14 ਦੇ ਵਿੱਚ ਮੇਰੇ ਕੋਲ ਆਪਣੇ 18 ਖੜੇ ਸੀ ਘਰੇ, ਅੱਛਾ ਕੁਝ ਵਿੱਚੋਂ ਵਹਿ ਗਏ ਸੀ, ਕੁਝ ਮੇਰੇ ਖੜੇ ਸੀ, ਕੁਝ ਮਤਲਬ ਨਾਲ ਦੇ ਮੁੰਡਿਆਂ ਦੇ ਜਿੱਤੇ ਹੋਏ, ਇੱਕ ਵਾਰੀ ਸ਼ਰਨ ਜਿੱਤੇ ਲਾਂਬੜ ਨੂੰ ਉਹ ਵੀ ਇੱਥੇ ਰੁਕ ਗਿਆ, ਇਕੱਠੇ ਹੋ ਗਏ ਸੀ 18 18 ਮੁੜਸਾਂ ਗਿਣੇ ਆ ਮੈਂ ਘਰੇ ਖੜੇ ਸੀ, 14 ਕੁ ਮੇਰੇ ਸੀਗੇ, 4-5 ਯਾਰਾਂ ਦੋਸਤਾਂ ਦੇ ਸੀਗੇ। ਪਿੰਡ ਵਾਲਾਂ ਦਾ ਸਾਥ ਹੈ ਪੂਰਾ ਕਿਵੇਂ ਆ, ਸਾਥ ਕਹਿ ਵੀ ਸਕਦੇ ਤੇ ਨਹੀਂ ਵੀ ਕਹਿ ਸਕਦੇ, ਕੁਛ ਕੁ ਵਿੱਚੋਂ ਜੈਲਸੀ ਕਰਨ ਵਾਲੇ ਵੀ ਹੁੰਦੇ, ਉਹ ਤਾਂ ਹੁੰਦੇ ਹੀ ਆ, ਲੱਗਦਾ ਹੈ ਕਿ ਇਹਨਾਂ ਨੂੰ ਉਹ ਤਾਂ ਹੁੰਦੇ ਹੀ ਆ, ਪਰ ਉਹ ਹੈ ਹਾਂ ਸਾਥ ਬਹੁਤ ਬਹੁਤ ਸੌਂਕ ਸਾਡੇ ਪਿੰਡ ਨੂੰ,
ਮਤਲਬ ਬਾਈ ਸੀਨੀਅਰ ਬੁੱਲੇ ਮੇਰੇ ਵੇਟ ਖੇਡਦੇ ਰਹੇ ਆ, ਪਰ ਉਦੋਂ ਦਾ ਹੀ ਸ਼ੌਂਕ ਆ, ਉਦੋਂ ਦੀ ਲੋਕ ਮਗਰ ਜਾਂਦੇ ਆ। ਵਾਲੀਬਾਲ ਟੀਮ ਸਾਡੀ ਤਕੜੀ ਹੁੰਦੀ ਸੀ, ਬੇਟਾ ਓਪਨ ਦੀ ਟੀਮ ਸਾਡੇ ਹੁਣ ਤਕੜੀ ਹੋਈ ਹੈ, ਬੇਟਾ ਦੀ ਟੀਮ ਸਾਡੇ ਮੁੜ ਤੋਂ ਤਕੜੀਆਂ ਸੀ, ਅਤੇ ਵਾਲੀਬਾਲ ਟੀਮ ਸਾਡੇ ਬਹੁਤ ਤਕੜੀ ਸੀ, ਬਹੁਤ ਤਕੜੀ ਖੇਡਦੇ ਰਹੇ, ਹੁਣ ਵੀ ਮੁੰਡੇ ਖੇਡਦੇ ਆ, ਪਰ ਹੁਣ ਨਹੀਂ ਹੁੰਦਾ। ਪਹਿਲਾਂ ਟੀਮ ਬਹੁਤ ਤਕੜੀ ਸੀ ਵਾਲੀਬਾਲ ਦੀ, ਅਤੇ ਬੇਟਾ ਤੱਕ ਓਪਨ ਤਾਂ ਮੈਂ ਹੀ ਖੇਡਣ ਲੱਗਿਆ, ਇੱਕ ਬਾਈ ਮੁੰਡਾ ਹੁੰਦੇ ਪਿੰਡ ਵਾਲੇ ਨਾਲ। ਸੁਣ ਸੁਣ, ਖੁਰਾਕ ਖੁਰੂਕ ਕਿਸ ਤਰ੍ਹਾਂ ਦੀ ਖਾਂਦੇ ਪੀਂਦੇ? ਖੁਰਾਕ ਬਹੁਤ ਹੀ ਨੋਰਮਲ ਕਰਦੀ, ਮਤਲਬ ਬਦਾਮ ਤਾਂ ਜ਼ਰੂਰ ਪੀਂਦੇ ਹਾਂ ਰਗੜ ਕੇ, ਅੱਧ ਲੜਕਾ ਦੁੱਧ ਦਹੀਂ ਲੱਸੀ, ਉਹ ਨਹੀਂ ਦੂਜੇ ਜਿਵੇਂ ਉਹ ਕਟੇਨ ਪਟੇਨ? ਨਹੀਂ ਮੈਂ ਘੱਟ ਹੀ ਖਾਂਦੇ ਬਈ, ਘੱਟ ਹੀ ਖਾਂਦਾ, ਮਤਲਬ ਮੈਂ ਹੁਣ ਤਾਂ ਖਾਣ ਲੱਗ ਗਿਆ ਸਗੋਂ ਦੀ, ਪਹਿਲਾਂ ਘੱਟ ਹੀ ਖਾਂਦੇ ਸੀਗੇ। ਫਿਰ ਉਹ ਡਾਕਟਰ ਵੀ ਦੱਸਦੇ ਵੀ ਲੈ ਲਓ ਜਾਂ ਕਿਵੇਂ? ਨਹੀਂ ਉਹ ਤਾਂ ਨੈਚੁਰਲ ਹੈ ਸਪਲੀਮੈਂਟ। ਅੱਛਾ, ਉਹ ਨੈਚੁਰਲੀ ਜਿਹੜੇ ਸਪਲੀਮੈਂਟ ਆ ਉਹ ਲੈਣੇ, ਉਹ ਠੀਕ ਕਹਿੰਦੇ ਵੀ ਇਹ ਵਧੀਆ ਚੀਜ਼ ਆ ਜਾਂ ਡਾਕਟਰ? ਹਾਂ ਵਧੀਆ ਚੀਜ਼ ਆ, ਹੈ ਤਾਂ ਵਧੀਆ ਚੀਜ਼ ਆ, ਪਰ ਉਦੋਂ ਪਹਿਲਾਂ ਪਤਾ ਨਹੀਂ ਸੀਗਾ, ਬੱਚੇ ਸੀ ਨਾ। ਹੁਣ ਜਦੋਂ ਮੰਨ ਲਾ ਜੇ ਸੀਨੀਅਰ ਪਲੇਅਰ ਨਾਲ ਜ਼ਿਆਦਾ ਵਾਸਤਾ ਪਿਆ, ਫਿਰ ਉਹ ਦੱਸਦੇ ਹੈਗੇ ਵੀ ਖਾਓ ਜ਼ਰੂਰ ਇਹ ਚੀਜ਼ਾਂ। ਆ ਫਿਰ ਤੁਹਾਨੂੰ ਐਕਸਟਰਾ ਡਾਇਟ ਦੀ ਜ਼ਰੂਰਤ ਹੈ, ਸਾਰੀਆਂ ਚੀਜ਼ ਸਾਰੇ ਤੱਤ ਜਾਂ ਸਾਰੀਆਂ ਉਹ ਚੀਜ਼ਾਂ ਮਿਲਦੀਆਂ ਹੀ ਨਹੀਂ ਆਮ ਖੁਰਾਕ 'ਚੋਂ। ਹਾਂ ਨਹੀਂ ਮੈਂ ਹੈ ਨਾ, ਫਿਰ ਉਹ ਤਾਂ ਉਹਦੇ 'ਚੋਂ ਹੀ ਪਾਊਡਰ ਦੇ ਰੂਪ 'ਚ ਫਿਰ ਉਹ ਲਈ ਜਾਂਦੀ ਹੈ। ਹਾਂ, ਮਤਲਬ ਜੇ ਉਹ ਬਾਈ ਜਿਹੜੇ ਬਾਈ ਕੋਲ ਮਿਹਨਤ ਕਰਦੇ ਸੀ ਪੋਪਲ ਬਾਈ ਕੋਲੇ ਫਰੀਦਕੋਟ, ਉਹਨਾਂ ਨੇ ਮੈਂ ਸਾਨੂੰ ਨੈਚੁਰਲ। ਅੱਛਾ, ਨੈਚੁਰਲ ਕੀ ਮਤਲਬ? ਤੁਹਾਨੂੰ ਜਿਹੜੇ ਪ੍ਰੋਟੀਨ ਵਿਟਾਮਿਨ ਖਾਂਦੇ ਆ ਮੈਂ ਤੁਹਾਨੂੰ ਚੀਜ਼ਾਂ ਲਿਖ ਦੂ, ਉਹ ਖਾ ਲਿਆ ਕਰੋ ਦੇਸੀ ਘਰੇ ਹੀ, ਮੈਂ ਤਾਂ ਕੋਈ ਖਾਂਦਾ ਨਹੀਂ ਕਹਿੰਦਾ। ਹਾਂ, ਜੇ ਤੁਹਾਨੂੰ ਦਿਖਾਤਾ ਤੁਸੀਂ ਕਹੋਗੇ ਦੋ ਘੜੀਆਂ ਬੰਦਾ ਦੇਖਣਗਾ ਵੀ ਮੈਂ ਘਰ ਦੀ ਖੁਰਾਕ ਚੋਂ ਜਾਂ ਕੇਲਿਆਂ ਚੋਂ ਆਂਡਿਆਂ ਚੋਂ ਮਤਲਬ ਮੀਟ ਚੋਂ ਸਾਰੀ ਪ੍ਰੋਟੀਨ ਵਿਟਾਮਿਨ ਕੈਲਸ਼ੀਅਮ ਸਭ ਮੈਂ ਉਹ ਚੋਂ ਪੂਰੇ ਕਰਦਾ ਵੀ ਕਿ ਉਹ ਇੱਕ ਡਾਇਟ ਪਲਾਨ ਪਲਾਨ ਵੀ ਆਹ ਚੀਜ਼ਾਂ ਲੈ ਉਹ ਤੇ ਫਿਰ ਪੂਰਾ ਹੋ ਜੂ ਸਾਰਾ ਕੁਝ। ਅੱਛਾ, ਆਂਡੇ ਆਂਡੇ ਵੀ ਜ਼ਰੂਰੀ ਨੇ? ਐਗ ਆਂਡਾ ਜ਼ਰੂਰੀ ਹੈ, ਪ੍ਰੋਟੀਨ ਜ਼ਿਆਦਾ ਹੁੰਦਾ ਪ੍ਰੋਟੀਨ ਉਹ ਚੋਂ। ਅੱਛਾ, ਮੈਂ ਦੇਖਿਆ ਮੈਂ ਕਈ ਵਾਰੀ ਜਦੋਂ ਮੈਂ ਪਲੇਅਰਾਂ ਦੇ ਨਾਲ ਰਿਹਾ ਉਹ ਵਿੱਚੋਂ ਕੱਢ ਦਿੰਦੇ ਆ, ਉਹ ਫੈਟ ਹੁੰਦੀ ਮੇਰੇ ਹਿਸਾਬ ਨਾਲ, ਮੈਂ ਜ਼ਿਆਦਾ ਪੁੱਛਿਆ ਨਹੀਂ, ਆਪਾਂ ਵੀ ਘਰਾੜੀ ਕੱਢ ਦਿੰਦੇ ਆਪਾਂ ਵੀ ਕੱਢ ਦਈਦੀ ਪਰ ਬਾਕੀ ਨਾਲ ਜਿਹੜੇ ਕਹਿੰਦੇ ਫੈਟ ਹੁੰਦੀ ਆ ਫਿਰ ਕਢਾਰੀ ਕੱਢਦੇ ਮੈਂ ਵੀ ਠੀਕ ਹੈ। ਉਹ ਵੈਸੇ ਉਹ ਖਾਂਦੇ ਨਹੀਂ ਹੈ ਨਾ ਬਹੁਤੇ, ਨਹੀਂ ਖਾਂਦੇ ਮੇਰੇ ਮੇਰੇ ਯਾਦ ਹੈ ਇੱਕ ਵਾਰੀ ਨਿਊਜ਼ੀਲੈਂਡ ਜੱਗਾ ਜੱਟੀ ਵਰਗੇ ਹੋ ਗਏ, ਜੱਗਾ ਜੱਟੀ ਸੀ ਨਾਲ ਇੱਕ ਪਲੇਅਰ ਹੋਰ ਕਿਹੜਾ ਸੀ, ਮੰਨਾ ਸੀ ਬਲਨੋ, ਹਾਂ, ਤੇ ਇਹ ਉੱਥੇ ਰਹੇ ਮੇਰੇ ਨਾਲ, ਮੈਂ ਵੀ ਨਾਲ ਸੀ ਉਦੋਂ। ਇਹ ਜਦੋਂ ਖਾਂਦੇ ਜ਼ਿਆਦਾ ਭੁੱਖ ਲੱਗੇ ਖਾ ਵੀ ਲਈਦੇ ਚੀਜ਼ਾਂ, ਉਹ ਕੱਢਦੇ ਰਹੇ ਮੈਂ, ਤੇ ਉਦੋਂ ਮੈਨੂੰ ਪਤਾ ਲੱਗਿਆ ਵੀ ਅੱਛਾ ਇਹ ਐਵੇਂ ਵੀ ਕੁਛ ਹੁੰਦਾ, ਮੈਨੂੰ ਨਹੀਂ ਸੀ ਪਤਾ ਇੰਨੇ ਬਰੀਕੀ ਚ। ਮੈਂ ਚਾਚੇ ਦਾ ਮੁੰਡਾ ਜਾਣਾ ਸੀ ਤੇ ਮੈਂ ਗਰੀਆਂ ਕੱਢ ਦਿੰਦਾ, ਉਹਨੇ ਵਿੱਚ ਚਾਰ ਅੰਡੇ ਘੱਟ ਖਾਣੇ ਤੇ ਗਰੀਆਂ ਬਹੁਤ ਕਹਿੰਦੀਆਂ ਮੈਨੂੰ ਫਲਾਵਰੇ ਗਰੀਆਂ ਕੋਈ ਨਹੀਂ ਕਹਿੰਦੀਆਂ, ਸੋ ਉਹਨੂੰ ਕਹਿੰਦੇ ਸਾਨੂੰ ਨਹੀਂ ਕਹਿੰਦਾ ਕੁਛ ਕਹਿੰਦਾ ਖਾ ਕੁ ਲੈਂਦਾ ਸੀ ਉਹ। ਸੁਣ, ਕਬੱਡੀ ਤੋਂ ਸੰਤੁਸ਼ਟ ਆ ਜਿੰਨੀ ਜਿਹੇ ਜੀ ਹੈਗੀ? ਹਾਂ, ਐਂ ਤਾਂ ਨਹੀਂ ਲੱਗਦਾ ਵੀ ਹਜੇ ਕੁਛ ਅਧੂਰਾ ਜਾਂ ਬਹੁਤ ਕੁਛ ਹੈਗਾ? ਕੀ ਅਧੂਰਾ? ਬਹੁਤ ਕੁਛ ਅਧੂਰਾ ਕੋਈ, ਹਾਂ ਬਹੁਤ ਕੁਛ ਹੈ ਜੀ, ਪਰ ਆਪਾਂ ਪੂਰਾ ਕਰ ਲੈਣਾ ਜੀ, ਸੱਟਾਂ ਜੇ ਨਾ ਵੱਜੀ ਸਾਰਾ ਕੁਛ ਪੂਰਾ ਕਰ ਲੈਣਾ, ਸੱਟਾਂ ਦੀ ਮੈਂ ਤੁਹਾਨੂੰ ਦੱਸ ਕੇ ਜਾ ਰਿਹਾ ਵੀ ਬੰਦਾ ਦੋ ਚਾਰ ਟੂਰਨਾਮੈਂਟ ਮਾੜਾ ਖੇਡ ਜੇ ਮਿਹਨਤ ਕਰ ਲੂ ਬੰਦਾ ਤਕੜਾ ਹੋ ਜੂ, ਬੰਦਾ ਤਕੜਾ ਹੋ ਜੂ, ਸੱਟ ਨਾ ਵੱਜੇ ਕਿਸੇ ਦੀ, ਆਪਦਾ ਖੁਰਾਕ ਖਾ ਲੂ, ਦੋ ਮਤਲਬ ਦੋ ਮੈਚ ਮਾੜੇ ਖੇਡ ਗਿਆ ਘਰੇ ਰਹਿ ਕੇ ਮਿਹਨਤ ਕਰ ਲੂ, ਖੁਰਾਕ ਵੱਧ ਖਾ ਲੂ, ਸੈੱਟ ਹੋ ਜੂਗਾ। ਸ਼ੌਂਕ ਕੀ ਹੈ? ਸ਼ੌਂਕ ਕੋਈ ਨੀ ਕਬੱਡੀ ਦਾ, ਕੱਲੀ ਕਬੱਡੀ ਕੋਈ ਸ਼ੌਂਕ? ਖਿਡਾਰੀ ਕਿਹੜੇ ਕਿਹੜੇ ਪਸੰਦੀਦਾ ਆਪਦੇ? ਮੈਂ ਜਾਂ ਮੈਂ ਜਾਣ ਕੇ ਜ਼ਿਆਦਾ ਜਿਹੜੇ ਮੈਂ ਪਸੰਦ ਕਰਦਾ ਜ਼ਿਆਦਾ ਸੰਦੀਪ ਤੇ ਸੀਰਾ ਬਾਈ, ਮੈਥੋਂ ਸੰਦੀਪ ਦੁੱਧਾ ਜਿਹੜੀ ਵੀ ਮੈਂ ਸੰਦੀਪ ਮੈਂ ਨਾਰਿੰਦਾ ਕਰਕੇ ਕਰਦਾ, ਬਹੁਤ ਉਦਾਂ ਹੀ ਦਲੇਰੀ ਪਸੰਦ ਆਪਾਂ ਨੂੰ, ਬਹੁਤ ਜ਼ਿਆਦਾ ਦਲੇਰ, ਸਟਾਈਲ ਵੀ ਵੱਖਰਾ ਜਿਹੜਾ ਉਹ ਗੋਡੇ ਬਾਹਰ ਕੱਢ ਕੇ ਰਹਿੰਦੀ ਇੱਕ ਸਟਾਈਲ, ਤੇ ਸੀਰੇ ਬਾਈ ਦੇ ਫੈਨ ਆ ਜਾਫੀ, ਉਹ ਤਾਂ ਜਿਵੇਂ ਹੁਣ ਸੁਲਤਾਨ ਹੋਇਆ ਦੁੱਲਾ ਹੋਇਆ ਬਹੁਤ ਘੈਂਟ ਵਧੀਆ ਪਲੇਅਰ ਵਧੀਆ, ਹਾਂ ਪਰ ਉਹ ਪਸੰਦੀਦਾ ਪਰ ਪਸੰਦੀਦਾ ਸੰਦੀਪ ਤੇ ਸੀਰੇ ਬਾਈ ਨਾਲ ਖੇਡਣ ਦਾ ਮੌਕਾ ਮਿਲਿਆ ਸੀਰੇ ਬਾਈ ਦੇ ਕਿਤੇ? ਹਾਂ ਵਾਧੂ ਵਾਰੀ ਖੇਡਿਆ, ਹਾਂ ਪਰ ਹੁਣ ਤਾਂ ਉਹਨਾਂ ਨੇ ਥੋੜ੍ਹੀ ਜਿਹੀ ਕਬੱਡੀ ਘਟਾਤੀ ਹਾਂ, ਉਹ ਅਕਸਲੇ ਸੀ ਉੱਥੇ ਖੇਡੇ ਮਾਸੀ ਬੁਗਰੇ ਭਲੂਰ ਖੇਡਦੇ, ਮੈਂ ਸੰਦੀਪ ਤੇ ਸੀਰਾ ਬਾਈ, ਵਧੀਆ ਮੈਚ ਲੱਗੇ ਸਾਡੇ, ਤੇ ਮੈਂ ਬਸ ਮੈਂ ਸਾਰੇ ਮੈਚ ਹੀ ਚੱਲਣ ਗਏ ਤਕਰੀਬਨ, ਮੈਂ ਸੈੱਟ ਸੀ ਸਰੀਰ 14 ਦੀ ਗੱਲ ਆ, ਮੈਂ ਮੈਚ ਤਾਂ ਆਏ ਸਾਰੇ, ਉੱਥੇ ਮੋਟਰਸਾਈਕਲ ਸੀ। ਅੱਛਾ, ਸੀਰਾ ਬਾਈ ਮੈਨੂੰ ਕਹਿੰਦਾ ਵੀ ਤੂੰ ਜ਼ੋਰ ਮਾਰਨਾ ਫਾਈਨਲ ਮੈਚ ਵੀ ਤੂੰ, ਹਾਂ
ਸੈਟਾਂ ਵੀ ਤੂੰ ਤੜਕੇ ਜ਼ੋਰ ਮਾਰੀ ਜਾਂਦਾ ਮੈਂ ਕਿਹਾ ਵੀ ਠੀਕ ਆ ਹੁਣ ਆਪਣੇ ਬੈਸਟ ਵਾਸਤੇ ਮੋਟਰਸਾਈਕਲ ਵਾਸਤੇ ਮੈਂ ਕਿਹਾ ਵੀ ਠੀਕ ਆ ਦੋ ਤਿੰਨ ਕੌਡੀਆਂ ਪਈਆਂ ਮੇਰੇ ਨਹੀਂ ਸਾਫ਼ ਚ ਆਇਆ ਮੈਂ ਕਿਹਾ ਬਾਈ ਨਹੀਂ ਸਾਫ਼ ਚਾਹੁੰਦਾ ਹੁਣ ਲੱਗ ਰਿਹਾ ਬਾਈ ਕਹਿੰਦਾ ਤੂੰ ਰੁਕ ਜਾ ਫਿਰ ਕੀਤਾ ਕੰਮ ਹਾਂ ਬਾਈ ਜਿੱਤ ਗਿਆ ਮੋਟਰਸਾਈਕਲ ਕਿਹੜੀ ਟੀਮ 'ਚ ਖੇਡ ਕੇ ਜਿਹੜੀ ਜਦੋਂ ਪਿੰਡ ਵਾਰ ਖੇਡਦੇ ਹੋ ਕਿਹੜੀ ਟੀਮ 'ਚ ਖੇਡ ਕੇ ਵਧੀਆ ਲੱਗਦਾ ਕਿਹੜੇ ਬੰਦਿਆਂ ਨਾਲ ਪਹਿਲਾਂ ਸੰਦੀਪ ਰਾਣੀ ਦੋਧੇ ਦੀ ਬਹੁਤ ਦਲੇਰ ਆ ਕੋਈ ਜ਼ੋਰ ਵੀ ਘੱਟ ਲੱਗਦਾ ਦਲੇਰ ਵੀ ਬਹੁਤ ਜ਼ਿਆਦਾ ਆ ਮਨ ਵੀ ਮਿਲਦਾ ਬਹੁਤ ਟਾਈਮ ਦੇ ਖੇਡਦੇ 14-15 ਸਾਲ ਹੋ ਗਏ ਖੇਡਦੇ ਹੁਣ ਸੰਦੀਪ ਦੇ ਮੈਨੂੰ ਮੇਰੇ ਕੋਲ ਸੰਦੀਪ ਆਉਂਦਾ ਮੇਰੇ ਕੋਲ ਇਹ ਮੇਰੇ ਸਾਨੂੰ ਦਸ ਦੂਸ ਦੇ ਆਉਂਦੇ ਇੱਥੇ ਦਸ ਤੋਂ ਵੀ ਪਹਿਲਾਂ ਦੇ ਆਉਂਦੇ ਮੇਰੇ ਸਾਨੂੰ ਵੇਟ 62-65 ਓਪਨ ਪਰ ਜਿੰਨੀ ਮੈਂ ਤੇ ਸੰਦੀਪ ਇਕੱਠੇ ਖੇਡੇ ਆ ਉਨੀ ਉਹ ਆਪਣੇ ਭਰਾ ਨਾਲ ਨਹੀਂ ਖੇਡਿਆ ਘੋੜੇ ਨਾਲ ਨਹੀਂ ਖੇਡਿਆ ਉਨੀ ਗੋਡੀ ਜਿੰਨੀ ਮੇਰੇ ਨਾਲ ਖੇਡਿਆ ਇਕੱਠੇ ਚਾਹੇ ਉਹ ਮੈਂ ਉਹਦੇ ਨਾਲ ਰੱਖ ਲਿਆ ਚਾਹੇ ਉਹ ਮੇਰੇ ਨਾਲ ਇਕੱਠੇ ਖੇਡੇ ਹਾਂ ਮਤਲਬ ਅਸੀਂ ਪੈਂਡ ਵਾਰੀ ਵੀ ਵੇਟ ਵੀ ਇਕੱਠੇ ਖੇਡਦੇ ਰਹੇ ਹਾਂ 75 ਵੀ ਇਕੱਠੇ ਖੇਡਦੇ ਰਹੇ ਹਾਂ ਚਾਹੇ ਮੈਂ ਉਹਦੇ ਨਾਲ ਉਹ ਮੇਰੇ ਨਾਲ ਅਤੇ ਅਸੀਂ ਭਲੂਸ ਖੇਡਣਾ ਤਾਂ ਵੀ ਇਕੱਠੇ ਆਣੇ ਜੇ ਮੰਦਰੇ ਖੇਡਣਾ ਤਾਂ ਵੀ ਜੇ ਦੋਦੇ ਖੇਡਣਾ ਤਾਂ ਵੀ ਜੇ ਕਿਸੇ ਹੋਰ ਖੇਡਣਾ ਤਾਂ ਵੀ ਇਕੱਠੇ ਉਦੋਂ ਬਾਅਦ ਅਕੈਡਮੀ ਤੈਨੂੰ ਪਤਾ ਇਕੱਠੇ ਖੇਡਣ ਲੱਗ ਗਏ ਫਿਰ ਪਿੰਡ ਵਾਰੀ ਵੀ ਇਕੱਠੇ ਸੀ ਹੁਣ ਪਹਿਲਾਂ ਅਸੀਂ ਸਾਰੇ ਇਕੱਠੇ ਖੇਡੇ ਆ ਅਸੀਂ ਚੱਲ ਲੰਘ ਕੇ ਗਿਆ ਹੁਣ ਅੱਛਾ ਕੀ ਕਰਨਾ ਹੁਣ ਕਬੱਡੀ 'ਚ ਮਤਲਬ ਅਚੀਵਮੈਂਟ ਕੀ ਬਾਕੀ ਹੈ ਕਿ ਕੋਈ ਟੂਰਨਾਮੈਂਟ ਖੇਡਣ ਵਾਲਾ ਪਿਆ ਜਿਹੜਾ ਜਿੱਥੇ ਖੇਡਣਾ ਚਾਹੁੰਦੇ ਹੋ ਵੀ ਯਾਰ ਆਹ ਤਾਂ ਟੂਰਨਾਮੈਂਟ ਖੇਡਣ ਵਾਲਾ ਜਾਂ ਵੀ ਦਿਲ 'ਚ ਇੱਛਾ ਹੁੰਦੀ ਹੈ ਵੀ ਉਹ ਵੱਡਾ ਟੂਰਨਾਮੈਂਟ ਖੇਡਣਾ ਟੂਰਨਾਮੈਂਟ ਦਾ ਤਕਰੀਬਨ ਤਕਰੀਬਨ ਸਾਰੇ ਖੇਡ ਲਏ ਬਹੁਤ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਯਾਰ ਟੂਰਨਾਮੈਂਟ ਦਾ ਤਕਰੀਬਨ ਸਾਰੇ ਖੇਡ ਲਿਆ ਹਾਂ ਮੈਂ ਆਨੰਦਪੁਰ ਵੀ ਖੇਡ ਲਿਆ ਕੱਪ ਵੀ ਸਾਰੇ ਖੇਡ ਲਿਆ ਪਿੰਡ ਬਾਰੀ ਵੀ ਸਾਰੇ ਖੇਡ ਲਿਆ ਬਾਹਰ ਵੀ ਖੇਡ ਲਿਆ ਟੂਰਨਾਮੈਂਟ ਤਾਂ ਨਹੀਂ ਕੋਈ ਬਸ ਜਾਣੀ ਕਿ ਬਈ ਏ ਗ੍ਰੇਡ ਦੇ ਨਾਂ ਹਜੇ ਦਾ ਆਇਆ ਸੱਟ ਲੱਗ ਗਈਆਂ ਉੱਥੇ ਹੀ ਫੇਰ ਲਿਆਉਣਾ ਉੱਥੇ ਲਿਆਉਣਾ ਬਾਪੂ ਦੀ ਤਮੰਨਾ ਡੈਡੀ ਦੀ ਕੀ ਗੱਲ ਹੁੰਦੀ ਹੈ ਬਾਪੂ ਨਾਲ ਕੀ ਗੱਲ ਹੁੰਦੀ ਹੈ ਡੈਡੀ ਨਾਲ ਗੱਲ ਹੋ ਜਾਂਦੀ ਆ ਮੈਂ 14-15 ਬਹੁਤ ਬਹੁਤ ਜ਼ਿਆਦਾ ਸਰੀਰ ਸੈੱਟ ਸੀ ਕੁਛ ਕੁਛ ਸੱਟ ਨਹੀਂ ਸੀ ਸਰੀਰ ਐਡਮਿਟ ਕੀ ਸਹੀ ਸੀ ਪਰ ਡੈਡੀ ਐਂ ਕਹਿੰਦਾ ਵੀ ਅੱਗੇ ਵਾਂਗੂ ਬਣ ਕੇ ਦਿਖਾ ਫੇਰ ਹੁਣ ਡੈਡੀ ਵੀ ਉਹਨੂੰ ਨਹੀਂ ਪਤਾ ਇਹ ਚੀਜ਼ਾਂ ਦਾ ਕੋਈ ਸੱਟਾਂ ਲੱਗੀਆਂ ਕਿੱਦਾਂ ਵੀ ਹੈ ਨਾ ਕੀ ਸਿਸਟਮ ਚੱਲ ਰਿਹਾ ਗੋਡੀ ਦਾ ਬਹੁਤ ਜਿਹੜੇ ਓਪਨ ਆ ਇਹ ਤਾਂ ਬਹੁਤ ਡੇਰੇ ਦੂਰ ਆ ਦੂਰ ਆ ਵੇਟ ਖੇਡੀ ਜਾਂਦੇ ਵੱਖਰੀ ਗੱਲ ਆ ਤੇ ਵੇਟ ਖੇਡ ਕੇ ਨਾ ਹੀ ਪੈਸਾ ਬਣਦਾ ਨਾ ਹੀ ਨਾਮ ਬਣਦਾ ਹਾਂ ਇਸੇ ਕਰਕੇ ਕਬੱਡੀ ਫਿਰ ਸਿੱਧੀ ਓਪਨ ਖੇਡੇ ਫਿਰ ਤੁਸੀਂ ਪੇਟ ਤੋਂ ਬਾਅਦ ਨਹੀਂ ਵੇਟ ਖੇਡਿਆ ਬਹੁਤ ਜ਼ਿਆਦਾ ਵੇਟ ਖੇਡਿਆ ਪਰ ਬਾਅਦ 'ਚ ਹੁਣ ਮੈਂ ਸਮਝਾਉਣਾ ਬੰਦਿਆਂ ਨੂੰ ਜਿਹੜੇ 75 ਖੇਡਦੇ ਆ ਉਹਨਾਂ ਨੂੰ ਤਕਰੀਬਨ ਜਿੰਨਾ ਕੁ ਆਪਣਾ ਕੋਰਸ ਹੋਇਆ ਵਾ ਸਾਰੇ ਸਮਝਾਉਂਦੇ ਸਮਝ ਨਾ ਆਉਣੇ ਪਰ ਸਮਝ ਲੈਣੀ ਸਮਝ ਜਾਂਦਾ ਸੋਚ ਇੱਕ ਦੋ ਜਾਣੇ ਸਮਝ ਜਾਂਦੇ ਆ ਬਾਈ ਸਮਝ ਆਈ ਉਹਨਾਂ ਨੂੰ ਬਾਈ ਤੁਸੀਂ ਕੁਛ ਨਾ ਅਸੀਂ ਬਹੁਤ ਜਿੱਤੇ ਆ 75 ਪੁੱਤਰ ਅਸੀਂ ਬਹੁਤ ਜਿੱਤ ਰਹੇ ਹਾਂ ਬਈ ਇਹਨਾਂ 'ਚ ਕੁਛ ਨਹੀਂ ਬਣਿਆ ਨਾ ਬਣਿਆ ਨਾ ਪੈਸਾ ਬਣਿਆ ਵੀ ਤਾਂ ਉਹਨੂੰ ਆ ਜਾਓ ਇੱਕ ਸਾਲ ਤਾਂ ਕੁੱਟ ਖਾਣੀ ਹੀ ਪੈਣੀ ਆ ਇੱਕ ਸਾਲ ਤਾਂ ਧੱਕੇ ਖਾਣੀ ਹੀ ਪੈਣੀ ਆ ਪਰ ਉਸ ਤੋਂ ਖਾ ਲਓ ਦੋ ਸਾਲਾਂ ਨੂੰ ਖਾ ਲਓ ਪੰਜਾਂ ਨੂੰ ਖਾ ਲਓ ਜੇ ਓਪਨ 'ਚ ਆਉਣਾ ਇੱਕ ਸਾਲ ਧੱਕੇ ਖਾਣੀ ਹੀ ਪੈਣੀ ਮਤਲਬ ਸੋਨੇ ਦਾ ਕਹਿਣਾ ਇਹ ਹੈ ਵੀ 75 ਕਿਲੋ ਨਹੀਂ ਖੇਡਣੀ ਚਾਹੀਦੀ ਚਾਹੀਦੀ ਆ ਜਿਹੜੇ ਸਾਲ ਵਧੀਆ ਇੱਕ ਸਾਲ ਖੇਡਣਾ ਚਾਹੀਦਾ ਮਤਲਬ ਇੱਕ ਸਾਲ 75 ਕਿਲੋ ਮੇਰਾ 70 ਕਿਲੋ ਬਾਹਰ ਆ 75 ਵੀ ਖੇਡਦਾ 75 ਵੀ ਖੇਡਦਾ ਇੱਕ ਸਾਲ ਖੇਡੋ ਉਦੋਂ ਗਾਂ ਓਪਨ ਆਓ ਓਪਨ 'ਚ ਜਾਓ ਜ਼ਰੂਰ ਜਾਓ ਇਹ ਨਹੀਂ ਹੈਗਾ ਵੀ 75 ਕਿਲੋ ਖੇਡ ਕੇ ਜਾਓ ਹੀ ਜਾਓ ਜ਼ਰੂਰ ਨਹੀਂ ਜਾਓ ਹੀ ਜਾਓ ਹੀ ਕਈ ਪਲੇਅਰ ਇਕੱਲਿਆ 75 ਕਿਲੋ ਖੇਡ ਕੇ ਵੀ ਉਹਨਾਂ ਦੀ ਹਾਂ ਸਾਰੀ ਜ਼ਿੰਦਗੀ ਕੱਟਤੀ ਉਹਨਾਂ ਨੇ ਇਕੱਲੀ 75 ਕਿਲੋ ਖੇਡੇ ਤੇ ਹਟ ਵੀ ਗਏ ਤੇ ਜਾਣਦੇ ਵੀ ਨਹੀਂ ਉਹਨਾਂ ਨੂੰ ਜੇ ਅਸੀਂ ਮੰਨ ਲਾ 75 ਖੇਡ ਕੇ ਹਟ ਜਾਂਦੇ ਸਾਨੂੰ ਜਾਣਨਾ ਸਾਨੂੰ ਵੀ ਨਹੀਂ ਕਿਹਾ ਕਿੰਨਾ ਟਾਈਮ 75 ਖੇਡੀ ਮੈਂ 1 ਸਾਲ 70 ਅਤੇ 1 ਸਾਲ 75 ਮੇਰਾ ਵੇਟ ਆਉਂਦਾ ਨਹੀਂ ਹੁੰਦਾ ਸੀ ਮੈਨੂੰ ਜਲੀ ਜੁਲੀ ਖੜਾ ਦਿੰਦੇ ਕਿਤੇ ਮੇਰਾ ਵੇਟ ਆਉਂਦੇ ਕਿਤੇ ਮੈਨੂੰ ਜਲੀ ਖੜਾ ਦਿੰਦੇ ਸੀ ਉਦਾਂ ਹੀ ਮੋਰ ਲਾ ਕੇ ਵੇਚ ਦਿੰਦੇ ਅੱਛਾ ਐਵੇਂ ਵੇਚਦਾ ਅਰੇ ਗਲਤ ਨਹੀਂ ਗਲਤ ਤਾਂ ਸੀ ਪਤਾ ਹੀ ਅਤੇ ਮੇਰਾ ਵੇਟ ਮੋਢੇ ਤੋਂ ਵੱਧ ਆਉਂਦਾ ਸੀ ਅੱਛਾ ਪਰ ਦੇਖਣ 'ਚ ਨਹੀਂ ਸੀ ਲੱਗਦਾ ਦੇਖਣ 'ਚ ਲੱਗਦਾ ਨਹੀਂ ਕਿਉਂਕਿ ਮਸਲੀ ਜੇ ਸਰੀਰ ਹੋਵੇ ਤਾਂ ਉਹਦਾ ਲੱਗਦਾ ਮੇਰਾ ਸਰੀਰ ਮਸਲੀ ਜਿਹਾ ਨਹੀਂ ਹੁੰਦਾ ਉਹਦਾ ਢਿੱਲਾ ਸਰੀਰ ਦਿੰਦਾ ਇੱਥੇ ਦੋਸਤ ਮਿੱਤਰ ਫਿਰ ਇਕੱਠੇ ਹੁੰਦੇ ਰਹਿੰਦੇ ਹੋ ਰੋਜ਼ ਹਾਂ ਰੋਜ਼ ਇਕੱਠੇ ਹੁੰਦੇ ਵੀ ਦੋ ਪੰਜ ਚਾਰ ਜਿੱਦਾਂ ਦੋਸਤ ਮਿੱਤਰ ਇਹੋ ਜਿਹੇ ਆ ਵੀ ਜਿੰਨਾ ਮੇਰਾ ਜਿਮ ਜੀ ਨਹੀਂ ਲੱਗਦਾ ਵੀ ਹੋਣਾ ਹੀ ਹੋਣਾ ਇਕੱਠੇ ਗੱਲਾਂ ਬਾਤਾਂ ਕਰ ਗਈਆਂ ਜਿੰਨੀ ਦੇਰ ਚੁਗਲੀਆਂ ਗੱਲਾਂ ਚੁਗਲੀ ਨਹੀਂ ਕੀਤੀ ਇਹ ਮੂੰਹ 'ਤੇ ਗੱਲ ਕਹੀ ਆ ਜਿਹਦੀ ਕਹੀ ਆ ਦੁੱਖ ਲੱਗੇ ਉਹ ਅਗਲੇ ਦੀ ਮਰਜ਼ੀ ਆ ਮੂੰਹ 'ਤੇ ਗੱਲ ਕਹੀ ਆ ਮੰਨ ਲਾ ਘਰਦਿਆਂ ਨੂੰ ਵੀ ਕਹਿਣੀ ਆ ਮੂੰਹ 'ਤੇ ਕਹਿਣੀ ਆ ਦੁੱਖ ਲੱਗੀ ਜਾਊ ਦੋ ਮਿੰਟ ਲੱਗੀ ਜਾਊਗਾ ਤੁਹਾਨੂੰ
ਚੁਗਲੀ ਦਾ ਫੰਕਸ਼ਨ ਵੀ ਇਸ ਤਰ੍ਹਾਂ ਹੀ ਹੈ ਨਹੀਂ ਉਹ ਫੰਕਸ਼ਨ ਨਹੀਂ ਪਾਇਆ ਆਪਾਂ ਕਦੇ ਵੀ ਚੁਗਲੀ ਦਾ ਉਹ ਚੁਗਲੀ ਮੈਂ ਤਾਂ ਉਦਾਂ ਵਰਡ ਯੂਜ਼ ਕਰ ਲਿਆ ਤੂੰ ਤਾਂ ਮੇਰੇ ਮੈਂ ਮੈਂ ਦੱਸ ਰਿਹਾ ਮੈਂ ਹੋਰ ਵੀ ਆ ਵੀ ਹੋਰਾਂ ਨੂੰ ਦੱਸ ਰਿਹਾ ਚੁਗਲੀ ਹੁੰਦੀ ਆ ਮੇਰੇ ਨਾਲ ਕਰਦੇ ਆ ਮੇਰੇ ਨਾਲ ਉਹ ਕਰਦੇ ਆ ਮੈਂ ਐ ਕਰਦਾ ਉਹ ਚੁਗਲੀ ਹੁੰਦੀ ਆ ਸਪਸ਼ਟ ਗੱਲ ਆ ਵੀ ਆਪਣਾ ਪਿਆਰ ਕਰਦੇ ਆਪਾਂ ਉਹਨੂੰ ਕਰਦੇ ਆ ਬਿਲਕੁਲ ਜਦੋਂ ਆਪਾਂ ਨੇ ਕੀਤਾ ਆਪਾਂ ਕਹਿ ਵੀ ਦੇਵਾਂਗੇ ਚਾਹ ਬਹੁਤ ਵਧੀਆ ਸੀ ਵੀਰੇ ਨਜ਼ਾਰੇ ਦਾ ਮਾਤਾ ਦੀ ਚਾਹ ਸੀ ਤੁਸੀਂ ਉਹਦੇ ਚ ਖੇਡਦੇ ਹੋ ਇੱਕ ਟੀਮ ਚ ਖੇਡਦੇ ਹੋ ਉਹ ਟੀਮ ਤੁਹਾਨੂੰ ਪਹਿਲਾਂ ਕੁਛ ਮਤਲਬ ਤੁਹਾਨੂੰ ਮਿਲਦਾ ਹਾਂ ਅਕੈਡਮੀ ਮਤਲਬ ਕੋਈ ਜਿਹੜੀ ਵੀ ਉਹ ਤੁਹਾਨੂੰ ਪਹਿਲਾਂ ਕੁਛ ਦਿੰਦੇ ਆ ਪਹਿਲਾਂ ਤੁਹਾਡੇ ਨਾਲ ਡੀਲ ਹੁੰਦੀ ਆ ਉਹਦੀ ਫਿਰ ਉਸ ਤੋਂ ਬਾਅਦ ਤੁਸੀਂ ਮੈਚ ਖੇਡਣਾ ਮੈਚ ਵਾਲੇ ਇਨਾਮ ਵੀ ਤੁਹਾਨੂੰ ਮਿਲਦਾ ਉਹ ਦਿੰਦੇ ਆ ਪਰ ਇਹ ਪ੍ਰਮੋਟਰ ਹੀ ਹੁੰਦੇ ਹੋਣਗੇ ਜਿਹੜੇ ਸਾਰੀ ਇਹ ਹੈਲਪ ਕਰਦੇ ਆ ਹਾਂ ਪ੍ਰਮੋਟਰ ਪ੍ਰਮੋਟਰ ਹੀ ਆ ਕਬੱਡੀ ਦੇ ਜਿਹੜੇ ਪਿਆਰ ਕਰਨ ਵਾਲੇ ਵੀ ਆ ਵਿੱਚੋਂ ਮਤਲਬ ਇਹ ਜਿਹੜੇ ਪ੍ਰਮੋਟਰ ਇੱਥੇ ਵੀ ਆਪਣੇ ਇੰਡੀਆ ਵੀ ਹੈਗੇ ਆ ਬਹੁਤ ਲੋਕ ਜਿਹਨਾਂ ਕੋਲ ਜ਼ਿਆਦਾ ਗੁਜ਼ਾਰਾ ਦਿੰਦੇ ਆ ਉਹ ਵੀ ਹੈਲਪ ਕਰਦੇ ਟੀਮ ਨਾਲ ਤਾਂ ਉਹ ਕੋਈ ਪਹਿਲਾਂ ਗੱਲ ਹੁੰਦੀ ਹੈ ਜਾਂ ਮਤਲਬ ਕਈ ਵਾਰੀ ਵਿਸ਼ਵਾਸ 'ਤੇ ਵੀ ਚੱਲਦਾ ਵੀ ਭਾਈ ਕੁਛ ਦੇ ਦਿਓ ਜਿਵੇਂ ਮਰਜ਼ੀ ਜਾਂ ਪਹਿਲਾਂ ਡੀਲ ਹੁੰਦੀ ਹੈ ਵੀ ਇੰਨੇ ਪੈਸੇ ਲੈ ਕੇ ਕਮੇਟੀ ਵਾਲਾ ਨਾ ਕਿ ਕਿਸੇ ਟੀਮ 'ਚ ਖੇਡਦੇ ਜਦੋਂ ਟੀਮ ਤੁਹਾਡੀ ਉਹ ਫੈਡਰੇਸ਼ਨ ਦੇ ਵਿੱਚ ਜਦੋਂ ਮੈਚ ਖੇਡਣੇ ਹੁੰਦੇ ਆ ਉਹ ਟੀਮ 'ਚ ਹਾਂ ਉਦੋਂ ਹੁੰਦੀ ਹੈ ਜੀ ਕਿਵੇਂ ਕਿਸ ਤਰ੍ਹਾਂ ਦੀਆਂ ਡੀਲ ਹੁੰਦੀਆਂ ਉਹ ਵੀ ਇੰਨੇ ਪੈਸੇ ਮਿਲਣਗੇ ਇੰਨੇ ਮੈਚ ਖੇਡਣ ਦੇ ਜਾਂ ਓਵਰਆਲ ਟੂਰ ਪੂਰੇ ਕਹਿੰਦੇ ਕਈ ਮੈਚ ਖੇਡਣ ਦੀ ਲੈ ਲੈਂਦੇ ਆ ਕਈ ਓਵਰਆਲ ਲੈ ਲੈਂਦੇ ਆ ਵੀ ਪੂਰੇ ਸੀਜ਼ਨ ਬਈ ਮਾਲਾ ਕਿ ਨੂੰ 5 ਲੱਖ ਜਾ ਸਕਦੇ 2 ਲੱਖ ਕਿੰਨੇ ਵੀ ਪਲੇਅਰ ਵਾਲਾ ਹੁੰਦਾ ਜਿੰਨੇ ਕੁ ਮਾਲਾ ਅਗਲੇ ਦੇ ਸਕਦੇ ਆ ਜੇ ਪਲੇਅਰ ਨੂੰ ਜੱਚ ਗਏ ਤਾਂ ਸਹੀ ਹੈ ਨਹੀਂ ਉੱਥੇ ਠੀਕ ਤੇ ਕਈ ਮਾਲਾ ਜਿਵੇਂ ਪੱਕੇ ਪਲੇਅਰ ਖੇਡਦੇ ਉਹਨਾਂ ਨੇ ਤਾਂ ਡੀਲਾਂ ਹੋਈਆਂ ਵੀ ਆ ਉਹ ਉੱਥੇ ਖੇਡਦਾ ਜਿਹੜਾ ਖਾਲੀ ਸਮਾਂ ਹੁੰਦਾ ਤੁਸੀਂ ਕਹਿੰਦੇ ਸ਼ੌਂਕ ਕਿੱਲਾ ਕਬੱਡੀ ਦਾ ਪਰ ਫਿਰ ਵੀ ਗਾਣੇ ਗੁਣੇ ਤਾਂ ਸੁਣਦੇ ਹੀ ਹੋਵੋਗੇ ਨਹੀਂ ਗਾਣੇ ਨਹੀਂ ਸੁਣਦੇ ਕ੍ਰਿਕਟ ਬਿਨਾਂ ਇਕੱਲੀ ਹਾਂ IPL ਚੱਲਦੀ ਆ ਹਾਂ ਹੋਰ ਮੈਚ ਚੱਲਦੇ ਆ ਉਹ ਮੈਂ ਦੇਖ ਲੈਂਦਾ ਤੇ ਬਿੱਲੀਆਂ ਨਾਲ ਇੱਕ ਦੋ ਉਹਨਾਂ ਨੇ ਕਬੂਤਰ ਰੱਖੇ ਹੋਏ ਆ ਹਾਂ ਉਹਨਾਂ ਨੂੰ ਪੁੱਛ ਲਈਦਾ ਵੀ ਕਿਵੇਂ ਰਹੇ ਬਾਈ ਛੱਡੀ ਅੱਜ ਹਾਂ ਚਾਹੇ ਬਾਈਆਂ ਹੋਰ ਛੱਡੋ ਤੁਸੀਂ ਹਾਂ ਅਸੀਂ ਬੋਲੀ ਅੱਜ ਬਾਜੀ ਸੀ ਹਾਂ ਲਦਾਈ ਜਾਣਾ ਸੀਗਾ ਸੁਣਿਆ ਤੁਹਾਡੇ ਮੈਂ ਦੇਖਿਆ ਤੁਸੀਂ ਸਮਾਰਟ ਵਾਚ ਬੰਨੀ ਹੋਈ ਆ ਇਹ ਖੇਡਣ ਵੇਲੇ ਵੀ ਟਰੈਕ ਕਰਨ ਵਾਸਤੇ ਵੀ ਕਿੰਨੇ ਕਿੰਨੇ ਰਨਿੰਗ ਕੀਤੀ ਕੀ ਕੀਤਾ ਤੂੰ ਹੀ ਦਵਾਈ ਸੀ ਹਾਂ ਨਿਊਜ਼ੀਲੈਂਡ ਵਾਲੀ ਹੈ ਇਹ ਹੋਰ ਅੱਛਾ ਬਹੁਤ ਦਾ ਸ਼ੌਕ ਪਿਆ ਤੂੰ ਦਵਾਈ ਸੀ ਤੂੰ ਕਹਿੰਦੀ ਬੰਨ ਕੇ ਰੱਖਣੀ ਆ ਤੁਹਾਨੂੰ ਦੁਬਾਰਾ ਬੰਨ ਕੇ ਰੱਖਣੀ ਮੈਂ ਲਾਈ ਨਹੀਂ ਉਹ ਟੁੱਟ ਗਿਆ ਪੜਾ ਜੇ ਇੱਥੋਂ ਲਾ ਕੇ ਰੱਖਦੀ ਹੋਰ ਲੈ ਲਈ ਪਰ ਇਹ ਤੋਂ ਕੰਮ ਕੀ ਲੈਂਦੇ ਹੋ ਕੰਮ ਇਹ ਤੋਂ ਬਸ ਮੈਂ ਤਾਂ ਉੱਦਾਂ ਹੀ ਬੰਨੀ ਹੋਈ ਆ ਮੈਂ ਮੈਨੂੰ ਕਿਹਾ ਮੈਂ ਉਹ ਕਹਿੰਦਾ ਪੜ੍ਹਿਆ ਲਿਖਿਆ ਘੱਟ ਆਈ ਘੱਟ ਮਾੜੀ ਜੀ ਨੌਲੇਜ ਰੱਖਦਾ ਨੌਲੇਜ ਫੁੱਲ ਆ ਦਿਮਾਗ ਫੁੱਲ ਕੰਮ ਕਰਦਾ ਵੀਰ ਜੀ ਤੁਸੀਂ ਕਿਹੜਾ ਸਮਝ ਆਤੀ ਵੀ ਐ ਨੀ ਵੀ ਕਿਸੇ ਪਾਸੇ ਹੋਰ ਹੋ ਜੂ ਚਾਹੇ ਕਿਹੜੇ ਮੰਨ ਲਾ ਉਹ ਪਿੰਡ ਜਾ ਵੜੇ ਉਹ ਗਲੀ ਲੰਘ ਗਏ ਆ ਵੀ ਉਹ ਗਲੀ ਭੁੱਲ ਜਾਏਗਾ ਆਪਾਂ ਨਾ ਕਿਤੇ ਕੀ ਕਹਿਣਾ ਵੀ ਉੱਕਜ ਗਏ ਸਹੀ ਕਰਕੇ ਜਾਣਾ ਹੁਣ ਮੈਨੂੰ ਆਈਫੋਨ ਦਾ ਲੌਕ ਨੀ ਪਤਾ ਕੀ ਇਹਦਾ ਪਾਸਵਰਡ ਉਹ ਵੀ ਤੂੰ ਦੇ ਕੇ ਜਾਣਾ ਦੱਸ ਕੇ ਜਾਈ ਉਹ ਸੈੱਟ ਕਰ ਲਾਂਗੇ ਜਿਹੜੀ ਵੀ ਉਹਦੇ ਚ ਪਾਸਵਰਡ ਚ ਕੋਈ ਪ੍ਰੋਬਲਮ ਹੋ ਉਹ ਠੀਕ ਕਰ ਪਤਾ ਹੀ ਨਹੀਂ ਕੀ ਆ ਪਤਾ ਹੀ ਨਹੀਂ ਕੀ ਆ ਚਲ ਕੋਈ ਨਹੀਂ ਕਰ ਲਾਂਗੇ ਸੈੱਟ ਸਰ ਆ ਜਿਹੜੇ ਸੋਸ਼ਲ ਮੀਡੀਆ ਹੁੰਦਾ ਜਿਵੇਂ ਇੰਸਟਾਗ੍ਰਾਮ ਸਨੈਪਚੈਟ ਜਾਂ ਹੋਰ ਇਹ ਸਾਰੇ ਇਹ ਯੂਜ਼ ਕਰ ਸਾਰਾ ਕੁਝ ਯੂਜ਼ ਕਰਦਾ ਬਸ ਨਹੀਂ ਚਲਾਉਂਦਾ ਨਹੀਂ ਸਨੈਪਚੈਟ ਮਾੜੀ ਮੋੜੀ ਸਨੈਪਚੈਟ ਹੁਣ ਸਾਲ ਵਾਂਗੂ 6 ਮਹੀਨੇ ਹੋ ਗਏ ਘੱਟ ਚਲਾਈ ਆ ਬਹੁਤ ਮੈਸੇਜ ਆਏ ਪਏ ਆ ਸਨੈਪਚੈਟ ਤੇ ਇੰਸਟਾਗ੍ਰਾਮ ਫੇਸਬੁੱਕ ਤੇ ਆਏ ਪਏ ਆ ਨਹੀਂ ਇਕੱਲਾ ਵਟਸਐਪ ਪਰ ਹੈ ਬਣਾਏ ਵੀ ਆ ਨਾ ਸਾਰਾ ਕੁਝ ਅਕਾਊਂਟ ਤਿੰਨਾਂ ਦੇ ਸਾਰਾ ਕੁਝ ਪਰ ਜ਼ਿਆਦਾ ਨਹੀਂ ਵਰਤਦੇ ਤਕਰੀਬਨ ਵਰਤਦੇ ਹੀ ਨਹੀਂ ਇਕੱਠੀ ਵਰਤਦੇ ਆ
दो तीन पहला फेसबुक बनाएगा जी, वो खराब खरूब होगा आईडी आईडी उदू बाद इंस्टाग्राम भी बनाई थी वो भी खराब खरूब होगी नवी बना ली पता नहीं की हो जाता यार की हो जाता नॉलेज घट रहा था चलाने जुनी घटी आ पासपोर्ट बड़ भोले भूल जी ने हां और तकरीबन लिखे भी है सारे कहते परे हां पर मेनू हजे भी नहीं पता भी किथे लेके रखे की सिस्टम है भूल भाई ਹੁਣ ਕਈ ਬੰਦੇ ਇਤਰਾਜ਼ ਵੀ ਕਰਦੇ ਹੋਣਗੇ ਯਾਰ ਤੁਸੀਂ ਤੁਹਾਨੂੰ ਮੈਸੇਜ ਕਰਦੇ ਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਤੁਸੀਂ ਦੇਖਦੇ ਨਹੀਂਗੇ ਤੇ ਮੈਂ ਚਲਾਉਣਾ ਹੀ ਘੱਟ ਦੇਖਾਂ ਕਿ ਇੱਕ ਮੈਨੂੰ ਪੜ੍ਹਨਾ ਘੱਟ ਆਉਂਦਾ ਪੜ੍ਹੀ ਕਿੰਨੀ ਕੁ ਪੜ੍ਹਾਈ ਕੀਤੀ ਪੜ੍ਹੇ ਦਸ ਗਿਆਰਾਂ ਕੀ ਪੜ੍ਹੇ ਉਹ ਵੀ ਚੱਜ ਨਾਲ ਨੀ ਹਾਂ ਚੱਜ ਨਾਲ ਨੀ ਹੁਣ ਇੰਨਾ ਵੀ ਦੋ ਮਹੀਨੇ ਸਪੀਕਿੰਗ ਤੇ ਲਾ ਲਈਏ ਸਾਰਾ ਕੁਝ ਸਿੱਖ ਜਾਵਾਂਗੇ ਸਾਰਾ ਕੁਝ ਏ ਟੂ ਜ਼ੈਡ ਕਿਹੜਾ ਕੱਢ ਦਾਂਗੇ ਨਗਾਰੇ ਸਾਰੇ ਕੱਢ ਦਾਂਗੇ ਸਾਰਾ ਕੁਝ ਕਿਹੜਾ ਸਿੱਖ ਲਈਏ ਆਪਾਂ ਦੋ ਮਹੀਨੇ ਲਾ ਲਈਏ ਸਪੀਕਿੰਗ ਤੇ ਵੀ ਸਾਰਾ ਕੁਝ ਆਉਣ ਲੱਗ ਜੂ ਆਪਾਂ ਸਹੀ ਹੈ ਮੈਂ ਤਾਂ ਯਾਰ ਥੱਕ ਜਾਂਦਾ ਕਈ ਵਾਰੀ ਇੱਕ ਜਗ੍ਹਾ ਤੇ ਬੈਠੇ ਬੈਠੇ ਫਿਰ ਮੈਂ ਕਦੇ ਖੜ ਜਾਂਦਾ ਕਦੇ ਬਹਿ ਜਾਂਦਾ ਮੇਰਾ ਵੀ ਪੈਰ ਦਾ ਥੱਕਿਆ ਪਿਆ ਖੜਦਾ ਹਾਂ ਖੜਦਾ ਨਹੀਂ ਹਾਂ ਐਂ ਨਹੀਂ ਠੀਕ ਹਾਂ ਇਹ ਵੀ ਸਹੀ ਆ ਇਹਨਾਂ ਦੇ ਬੈਠੇ ਨੇ ਕਬੱਡੀ ਦੇ ਵਿੱਚ ਕੋਚ ਦਾ ਕੰਮ ਹੁੰਦਾ ਕੋਚ ਦਾ ਕੰਮ ਹੁੰਦਾ ਜਿਹੜਾ ਖੇਡਿਆ ਹਾਂ ਕਈ ਨੱਕੇ ਕੁਛ ਬਣੇ ਫਿਰਦੇ ਹਾਂ ਜਿਹੜੇ ਇਕੱਲੇ ਖਿਡਾਰੀਆਂ ਨੂੰ ਖੜਾਉਣ ਵਾਲੇ ਹਾਂ ਤੇ ਜਿਹੜੇ ਜਿਹੜੇ ਦਾ ਪੇਜ ਦੱਸਣ ਵਾਲੇ ਕੋਚ ਆ ਉਹਨਾਂ ਦਾ ਕੰਮ ਹੁੰਦਾ ਤਕਰੀਬਨ ਜੀ ਪਿੰਡੋ ਕਬੱਡੀ ਬਾਹਲੀ ਖੇਡਿਆ ਪਿੰਡੋ ਬਹੁਤ ਕਬੱਡੀ ਖੇਡਿਆ ਪਤਾ ਉਹਦੇ ਕਹਿੰਦੇ ਆਪ ਹੀ ਕੋਚ ਬਣੇ ਫਿਰਦੇ ਸੀਗੇ ਜਦੋਂ ਕਿ ਬਾਹਲੇ ਦਾ ਆਪਾਂ ਨੂੰ ਜ਼ਿਆਦਾ ਆਉਂਦੇ ਸੀ ਮੰਮੀ ਨੇ ਬਹੁਤ ਪਿਆਰ ਪਰ ਉਹਨੂੰ ਦੱਸਿਆ ਨੀ ਕਦੇ ਕਿਹਾ ਨੀ ਕਦੇ ਸ਼ਰਨੇ ਨੂੰ ਦੱਸਿਆ ਪਰ ਮਾਤਾ ਨੂੰ ਨੀ ਕਿਹਾ ਕਦੇ ਕਿਉਂ ਨੀ ਕਿਹਾ ਓਦਾਂ ਹੀ ਬਸ ਦੱਸਣਾ ਦੱਸਣਾ ਥੋੜਾ ਪਿਆਰ ਹੁੰਦਾ ਬਾਈ ਪਿਆਰ ਤਾਂ ਦਿਲ ਚ ਹੁੰਦਾ ਸੋਨੇ ਦੇ ਉਹ ਸਾਰੇ ਕੰਮ ਜਿਹੜੇ ਕਬੱਡੀ ਨੂੰ ਲੈ ਕੇ ਹਜੇ ਦਿਲ ਚ ਪਏ ਆ ਉਹ ਕਦੋਂ ਪੂਰੇ ਹੋ ਜਾਣਗੇ ਉਹ ਤਾਂ ਹਜੇ ਮਹਾਰਾਜ ਨੂੰ ਪਤਾ ਵੀ ਮੈਂ ਚੱਲਣੇ ਆ ਚਾਹੇ ਦੋ ਚਾਰ ਸਾਲ ਸੱਟ ਨਾ ਵੱਜੀ ਕੀ ਪਤਾ ਇੱਕ ਸਾਲ ਜੀ ਕਰ ਦੇਣਾ ਕੀ ਪਤਾ ਦੋ ਲੱਗ ਜਾਣ ਕੀ ਪਤਾ ਚਾਰ ਲੱਗ ਜਾਣ ਕੀ ਪਤਾ ਜ਼ਿੰਦਗੀ ਸਾਰੀ ਲੰਘ ਜਾ ਪਰ ਕੋਸ਼ਿਸ਼ ਤਾਂ ਹੋਊਗੀ ਕੋਸ਼ਿਸ਼ ਫੁੱਲ ਕੋਈ ਦੁੱਖ ਜ਼ਿੰਦਗੀ ਦਾ ਜਿਹੜਾ ਹਜੇ ਜਿਹੜਾ ਦਿਲ ਚ ਹੈ ਯਾਰ ਆਹ ਚੀਜ਼ ਹੋਣੀ ਨਹੀਂ ਚਾਹੀਦੀ ਸੀ ਤਕਲੀਫ ਕੋਈ ਦੁੱਖ ਬਹੁਤ ਆਪਾਂ ਦੱਸ ਨਹੀਂ ਸਕਦੇ ਬੋਲ ਕੇ ਨਹੀਂ ਫਿਰ ਵੀ ਕਿਸ ਚੀਜ਼ ਦਾ ਦੁੱਖ ਤਾਂ ਯਾਰ ਪਹਿਲੀ ਗੱਲ ਤਾਂ ਮੈਂ ਤਾਂ ਸੱਟਾਂ ਦੀ ਦੁੱਖ ਹੈ ਹਾਂ ਮੈਂ ਇੱਕ ਦੋ ਜਿਹੜੇ ਮਾਲਾ ਨਾਲ ਦੇ ਰਹਿਣ ਵਾਲੇ ਹਾਂ ਉਹ ਵਾਲਾ ਰੋਣ ਨਿਕਲਦਾ ਮੰਨ ਲਓ ਨਾਲ ਰਹਿਣ ਵਾਲੇ ਆ ਚੁੱਕਾ ਹੁਣ ਉਹ ਨਾ ਥੋੜ੍ਹਾ ਲੈ ਸਕਦੇ ਅੱਛਾ ਨਾ ਨਹੀਂ ਲੈਣਾ ਸਮਝ ਗਏ ਹੋਣਗੇ ਉਹਨਾਂ ਨੇ ਸਹੀ ਨਹੀਂ ਕੀਤੀ ਉਹ ਸਹੀ ਆ ਵੈਸਾ ਹੋਣਗੇ ਆਪਾਂ ਉਸ ਤਾਂ ਸਹੀ ਆ ਪਰ ਮੇਰਾ ਮਨ ਕਹਿੰਦਾ ਵੀ ਨਹੀਂ ਸਹੀ ਕੀਤੀ ਦੋਸਤਾਂ ਚੋਂ ਹਾਂ ਦੋਸਤਾਂ ਚੋਂ ਹੋਰ ਤਾਂ ਬਥੇਰੇ ਕਰੀ ਜਾਂਦੇ ਉਹਨਾਂ ਨੂੰ ਆਪਾਂ ਕੁਛ ਕਹਿ ਨਹੀਂ ਸਕਦੇ ਉਹਨਾਂ ਨੇ ਸੋਨੇ ਨਾਲ ਠੀਕ ਨਹੀਂ ਕੀਤੀ ਮਤਲਬ ਕੁਛ ਦੋਸਤਾਂ ਦਾ ਇਹ ਦੁੱਖ ਹੈ ਸੋਨੇ ਮੈਂ ਕਹਿ ਰਿਹਾ ਨਹੀਂ ਠੀਕ ਕੀਤੀ ਉਹ ਆਪਦਾ ਠੀਕ ਸੀ ਮੈਂ ਆਪਦਾ ਠੀਕ ਆ ਬਾਕੀ ਮਹਾਰਾ ਨੂੰ ਪਤਾ ਵੀ ਕੌਣ ਸਹੀ ਆ ਪਰ ਇਹ ਦਰਦ ਹੈਗਾ ਹੈਗਾ ਪਤਾ ਵੀ ਲੱਗ ਗਿਆ ਮੰਨ ਲਾ ਜਿਹੜੇ ਨਾਲ ਦੇ ਰਹਿਣ ਵਾਲੇ ਆ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਕੌਣ ਸਹੀ ਆ ਕੌਣ ਗਲਤ ਆ ਬਾਕੀ ਹੌਲੀ 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 ਦੋ ਚਾਰ ਸਾਲਾਂ ਨੂੰ ਹੋਰ ਪਤਾ ਲੱਗ ਜੂਗਾ ਪਰ ਅਜੇ ਨਾ ਨਹੀਂ ਗੱਲ ਨਹੀਂ ਕਰਨੀ ਉਹਨਾਂ ਬਾਰੇ ਜੇ ਜੇ ਸੋਨਾ ਕਬੱਡੀ ਨਾ ਖੇਡਦਾ ਹੁੰਦਾ ਤਾਂ ਉਹ ਕੀ ਕਰਨਾ ਸੀ ਫਿਰ
ਫਿਰ ਉਹਨੂੰ ਵਿਆਹ ਹੋਇਆ ਹੋਣਾ ਜੀ, ਦੋ ਨਿਆਣੇ ਹੋਣੇ ਸੀਗੇ, 20 ਕਿੱਲੇ ਆਪਦੇ ਵਾਹਨ ਦੇ, 20 ਕਿੱਲੇ ਟਿਕਟ ਲਏ ਹੋਣੇ ਸੀ, ਬਸ ਖੇਤੀ ਕਰਨੀ, ਖੇਤੋਂ ਘਰੇ ਤੇ ਘਰੋਂ ਖੇਤ, ਚਾਹੇ ਬਜ਼ੁਰਗ ਨਾਲ ਦਸ ਬਾਹਰ ਬਜ਼ੁਰਗ ਦਸ ਖੇਡਦੇ ਆਪਣੇ, ਉਹਨਾਂ ਨੇ ਦਸ ਖੇਡਣੀ ਸੀ, ਤੇ ਇੱਕ ਸੁਪਨਾ ਇੱਥੇ ਮੰਡੀ ਬਣਾ ਲੈਣੀ ਆਪਣੀ ਥਾਂ ਵਾਧੂ ਵਾੜੇ ਦਾ, ਬਈ ਇੱਥੇ ਵੱਢ ਕੇ ਇੱਥੇ ਤੋਲਦਾ ਕਰਨਾ ਜੀ, ਮੰਡੀ 'ਚ ਵੀ ਨਹੀਂ ਪੈ ਜਾਇਆ ਕਰਨੀ, ਹੋਰ ਆਹੀ ਸੌਂਗ ਸੀ, ਜੇ ਕਬੱਡੀ ਨਾ ਖੇਡਦੇ ਖੇਤੀਬਾੜੀ ਕਰਨੀ, ਖੇਤੀਬਾੜੀ ਕਰਨੀ, ਜਦੋਂ ਬਜ਼ੁਰਗ ਖੇਤੀਬਾੜੀ ਕਰਦੇ ਆ ਫਿਰ ਖੇਤੀਬਾੜੀ ਆਪਾਂ ਮਗਰੀ ਉਹਨਾਂ ਨੇ ਜਾਣਾ ਸੀ, ਹੁਣ ਵੀ ਖੇਤੀਬਾੜੀ ਕਰਦੇ ਆ ਪਰ ਉਵੇਂ ਨੀ, ਹੁਣ ਜੀ ਕੀਤਾ ਤਾਂ ਕਰ ਲਈ ਦੀ ਆ, ਬਈ ਜੀ ਕੀਤਾ ਤਾਂ ਨਹੀਂ, ਆਪਾਂ ਨੂੰ ਕਹਿੰਦੇ ਨੀ, ਉਹ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਕਰਾ ਉਹਨਾਂ ਨਾਲ ਫੋਲੀ ਦੇਈ ਦਾ, ਹੈਲਪ ਫੋਲੋ ਕਰਾ ਦਿੱਤੀ ਆ, ਆਪਾਂ ਨੂੰ ਉਹਨਾਂ ਨੇ ਕਿਤੇ ਕਿਹਾ ਨੀ ਗਾ। ਚਲੋ ਬਹੁਤ ਬਹੁਤ ਸ਼ੁਕਰੀਆ ਯਾਰ, ਮੈਂ ਹੁਣ ਮੈਨੂੰ ਇਹ ਲੱਗਦਾ ਵੀ ਹੁਣ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਹੀ ਹੋ ਗਈਆਂ ਤੇ ਉਹ ਠੀਕ ਹੈ, ਠੀਕ ਹੈ, ਓਕੇ, ਹੁਣ ਇਹਨਾਂ ਚੋਂ ਆਪਾਂ ਦੇਖਦੇ ਹਾਂ। ਸ਼ੁਕਰੀਆ ਯਾਰ, ਬੜੇ ਟਾਈਮ ਬਾਅਦ ਤੇ ਬੜਾ ਟਾਈਮ ਲਾਤਾ, ਹੈ ਨਾ, ਕੋਈ ਚੱਕਰ ਨਹੀਂ, ਬਹੁਤ ਬਹੁਤ ਸ਼ੁਕਰੀਆ।